ਪਾਣੀ ਘੱਟ ਆ ਪਾ ਦਿੰਦੀ ਆ ਨਾ ਬੇਬੇ, ਥੋੜਾ ਜਿਹਾ ਹੋਰ ਪਾਣੀ ਵਿੱਚ ਪਾ ਦੇ ਪੁੱਤ, ਫਿਰ ਹੋਰ ਐਂ ਖੁੱਲਾ ਜਿਹਾ ਵਧੀਆ ਰਿੱਝ ਜਾਂਦਾ, ਕੋਲੇ ਬੈਠਣ ਦੀ ਨਹੀਂ ਲੋੜ ਫਿਰ। ਨਾ ਪਾ ਦੇ ਪਾਣੀ ਤਾਂ, ਵਾ ਸਾਰੀ ਪਾ ਦੇ, ਫਿਰ ਬਾਹਰ ਨਿਕਲੂਗਾ। ਨਹੀਂ ਨਿਕਲਦਾ, ਉਬਲ ਉਬਲ ਨਹੀਂ ਨਿਕਲਦਾ, ਵਿੱਚ ਰਿੱਝੀ ਜਾਊ। ਚੱਲ ਬਸ ਹੁਣ ਇਹਨੂੰ ਟੇਢਾ ਜਿਹਾ ਕਰਕੇ ਢੱਕ ਦੀ, ਬਸ ਆਪੇ ਰਿੱਝੀ ਜਾਊਗਾ। ਚੱਲ ਵਧੀਆ, 2 ਦਿਨ ਨਿਕਲ ਜਾਣਗੇ, ਪਿਛਲੀ ਦਾਲ ਬਣਾ ਲਾਂਗੇ। ਐਂ ਕਰ ਲਾਂਗੇ। ਬੇਬੇ ਲਸਣ ਛਿੱਲਤਾ? ਲਸਣ ਤਾਂ ਛਿੱਲਤਾ ਪੁੱਤ, ਪਾ ਦਿੰਦੀ ਗੇਰਾ ਵਿੱਚ ਰਿੱਝਦੇ ਰਿੱਝਦੇ ਤੇ। ਲੈ ਪਾ ਦੇ, ਲੈ ਗੇਰਾ ਫੜਾ ਦੇ, ਆ ਸਿੱਟਿਆ ਫਿਰ। ਹਾਂ ਪਾ ਦੇ, ਧੋਣ ਦੀ ਤਾਂ ਨਹੀਂ ਲੋੜ, ਨਾ ਨਾ ਬਸ ਐਂ ਪਾਇਆ ਤਾਂ ਸਾਫ ਹੀ ਹੈ, ਸਾਫ ਹੀ ਹੈ। ਹਾਂ ਲਸਣ ਨਾਲ ਵਧੀਆ ਬਣ ਜਾਂਦਾ ਹੈ ਨਾ ਕਰਾਰਾ ਜਿਹਾ, ਹੋਰ ਸਾਗ ਤਾਂ ਬਣਦਾ ਹੀ ਲਸਣ ਨਾਲ ਪੁੱਤ, ਹੋਰ। ਐਂ ਕਰ ਤੂੰ, ਆ ਕੱਪੜਿਆਂ ਨੂੰ ਉਰਾਂ ਪਰਾਂ ਜੇ ਕਰ ਦੇ, ਗਿੱਲੇ ਸੁੱਕੇ ਜੇ ਕੱਪੜੇ। ਪਲਟਾਤੇ ਸੀ ਮੈਂ ਕਿਹਰਾਂ ਦਾ, ਪਲਟਾਤੇ ਪਲਟਾਤੇ ਸੀ, ਵਾਲੇ ਹੋ ਰਹੇ ਸੀ ਕੱਪੜੇ, ਹੈਗੀ ਵਾਲੇ ਸੀ ਪੁੱਤ। ਹੋਰ ਕੱਲ ਮੈਂ ਧੋਤੇ ਨਹੀਂ, ਕੱਲ ਆ ਮਾਸੀ ਕੇ ਕੱਪੜੇ ਨਹੀਂ ਦੇ ਕੇ ਗਈ ਪਰਸੋਂ, ਆਹੋ ਇਹਨਾਂ ਨੇ ਵਿਆਹ ਜਾਣਾ ਨਾਲ ਕੇ ਸ਼ੱਕ। ਫਿਰ ਤੂੰ ਉਧਰ, ਮੈਨੂੰ ਕੱਲ ਸੂਟਾਂ ਦਾ ਲਾਲਚ ਹੋ ਗਿਆ, ਮੈਂ ਕਿਹਾ ਉਹ ਸਿਉਂਦਾ, ਹੋਰ ਕੀ ਕਰੇ। ਕੱਪੜੇ ਧੋ ਅੱਜ ਮੈਂ ਨਹੀਂ ਧੋਤੇ। ਠੀਕ ਹੈ, ਐਂ ਕਰ ਫਿਰ ਤੂੰ। ਹਾਂ ਪੀਣਾ ਵੀ ਬਣਾਤਾ ਹੈ ਨਾ? ਪੀਣਾ ਤਾਂ ਕਰਤਾ ਸੀ, ਪੀਣਾ ਵੀ ਕਰਤਾ, ਸਾਗ ਵੀ ਧਰ ਲਿਆ, ਹੋਰ ਕੱਪੜੇ ਵੀ ਧੋਤੇ। ਹੁਣ ਤੂੰ ਚਾਹ ਬਣਾ ਲੈ ਫਿਰ। ਚਾਹ ਬਣਾਉਣੀ ਹੈ? ਹਾਂ ਚਾਹ ਧਰਿਆ ਤੂੰ, ਕੋਈ ਨਾ ਇਹਨੂੰ ਨੰਗਾ ਰਿੱਝ ਲੈਣ ਦੇ, ਇੱਥੇ ਕਿਹੜਾ ਕੁਛ ਵਿਕਦਾ, ਕੁਛ ਨਹੀਂ ਹੁੰਦਾ। ਬਾਲਾ ਭਰ ਗਿਆ ਨਾ ਪਤੀਲਾ? ਨਾ ਨਾ ਕੁਛ ਨਹੀਂ ਹੁੰਦਾ, ਚਾਹ ਹੁਣੀ ਬਣਾਵਾਂ, ਆ ਜਾਂਦੇ ਲੱਛੀ ਨੂੰ। ਹੈਂ ਲੱਛੀ ਨੂੰ ਆ ਜਾਂਦੇ, ਤੇਰੀ ਮਰਜ਼ੀ ਹੈ, ਫਿਰ ਬਣਾ ਲੈ। ਲਸਣ ਨਚ ਲਿਆ ਤਾਂ ਥੋੜਾ ਜਿਹਾ, ਤੇਰੀ ਮਰਜ਼ੀ ਨਾ, ਚੱਲ ਕੋਈ ਨਾ ਤਾਂ ਮੈਂ ਛਿੱਲ ਦੂੰ, ਛਿਲਿਆ ਦੇ। ਹਾਂ ਆ ਵਾੜਾ ਵਿੱਚ ਉਹ ਪਿਆ, ਲੱਛੀ ਕਿੱਥੇ ਪੁੱਤ? ਲੱਛੀ ਨੇ ਕਿੱਥੇ ਆਉਣਾ ਬੇਬੇ, ਲੱਛੀ ਤਾਂ ਸਾਰਾ ਦਿਨ ਬਾਹਰ ਹੀ ਰਹਿੰਦਾ, ਜਦੋਂ ਪੈ ਜਾਣੇ ਹੱਥ ਨੇ ਦੂਆ ਤਾਂ ਘਰੇ ਵੜਦਾ ਨਹੀਂ, ਹੋਰ ਬਸ ਉਹਨਾਂ ਦੇ ਮੁੰਡੇ ਕੋਲੇ ਬੈਠਾ ਰਹਿੰਦਾ, ਬਾਹਰੋਂ ਆਇਆ ਨਾ ਮੁੰਡਾ ਉਹਨਾਂ ਦਾ ਨੰਬਰਦਾਰਾਂ ਦਾ, ਉਹਦੇ ਕੋਲੇ ਬਾਹਲਾ ਬੈਠਾ ਰਹਿੰਦਾ। ਫੇਰ ਵੀ ਬੇਬੇ ਬੰਦਾ ਘਰੇ ਤਾਂ ਗੇੜਾ ਮਾਰਦੀ ਹੈ, ਤੂੰ ਮੰਨਦੀ ਨਹੀਂ ਹੈਗੀ, ਉਹ ਨਾ ਕਰਦਾ ਨਸ਼ੇ ਤਾਂ ਉਹ, ਨਹੀਂ ਨਹੀਂ ਸੁਣ ਰਹਿੰਦਾ ਉਹ। ਨਾ ਨਾ ਨਾ, ਜੇ ਮੈਂ ਤੈਨੂੰ ਸਬੂਤ ਦੇਤਾ? ਸਬੂਤ ਤੂੰ ਮੈਨੂੰ ਸਬੂਤ ਦੇ ਦੀ ਫੇਰ ਮੈਂ ਮੰਨ ਜੂ। ਦਿੰਦੀ ਹਾਂ ਮੈਂ ਤੈਨੂੰ ਸਬੂਤ, ਆ ਲਸਣ ਛਿੱਲ ਕਰਦੇ ਹਾਂ, ਕੰਮ ਨੂੰ ਤਾਂ ਮੇਰਾ ਬਾਹਲਾ ਜੀ ਕਰਦਾ ਬੇਬੇ, ਮੈਂ ਕੰਮ ਕਰੀ ਜਾਵਾਂ, ਮੇਰੀ ਤਾਂ ਇਹ ਮੱਤ ਮਾਰੀ ਰੱਖਦਾ। ਨਾ ਨਾ ਨਾ, ਬੋਲੀ ਹੋਈ ਰਹਿਣੀ ਹੈ ਮੈਂ ਤਾਂ ਸਾਰਾ ਦਿਨ, ਮੈਂ ਕਹਾ ਕਾਨੂੰ ਪੁੱਤ ਤੂੰ ਹੀ ਲਾ ਲੈਣੀ ਹੈ ਦਿਮਾਗ ਨੂੰ। ਮੈਂ ਤਾਂ ਜਿਵੇਂ ਐਡੀ ਰਕਾਨ ਸੀ, ਐਡੀ ਸਿਆਣੀ ਸੀ, ਬਸ ਇਹਨੇ ਮੇਰਾ ਦਿਮਾਗ ਖਰਾਬ ਕਰਤਾ, ਮੈਂ ਤਾਂ ਬੋਲੀ ਕਰਤੀ। ਨਹੀਂ ਨਹੀਂ ਨਹੀਂ, ਕਾਨੂੰ ਇਹ ਤੈਨੂੰ ਕਿਸੇ ਨੇ ਉਈ ਉਂਗਲ ਲਾਤੀ? ਕਿਸੇ ਨੇ ਕਿਉਂ ਗੱਲਾਂ ਤੂੰ ਬੇਬੇ, ਮੈਂ ਘਰੇ ਨਹੀਂ ਰਹਿੰਦੀ, ਮੈਨੂੰ ਪਤਾ ਨਹੀਂ। ਇਹੀ ਜੀ ਗੱਲ ਤਾਂ ਭਾਈ ਮੈਂ ਤਾਂ ਸੁਣੀ ਨਹੀਂ, ਨਾ ਹੀ ਮੈਂ ਕਦੇ ਕਰਦਾ ਦੇਖਿਆ ਹੈ ਜਾਂ ਕੁਛ, ਜਿਹੜਾ ਕੁਛ ਤੂੰ ਕਹਿਣੀ ਹੈ। ਸੁਣੀ ਕਿਉਂ ਨਹੀਂ, ਕੱਲ ਦੇਖਿਆ ਨਹੀਂ ਤੂੰ ਕੁਰਸੀ ਤੇ ਕਿਵੇਂ ਉੰਗੀ ਜਾਂਦਾ ਸੀ, ਕੁਰਸੀ ਤੇ ਸੌਂ ਗਿਆ ਸੀ? ਨਾ ਨਾ ਨਾ, ਤੈਨੂੰ ਫਿਰ ਦੇਵਾਂ ਸਬੂਤ? ਸਬੂਤ ਕਾਹਦਾ, ਤੂੰ ਮੰਨਦੀ ਨਹੀਂ ਨਾ। ਹਾਂ ਸੀ ਬੇਬੇ ਲੈ ਗੋਲੀਆਂ, ਪਹਿਲਾਂ ਤਾਂ ਮੈਂ ਤੈਨੂੰ ਦੱਸਿਆ ਨਹੀਂ ਹੈਗਾ, ਮਹਾ ਚੱਲ ਉਸੇ ਨੂੰ ਪੁੱਛਾਂ, ਉਹ ਮੰਨਿਆ ਨਹੀਂ ਜਦ, ਹੁਣ ਮੈਨੂੰ ਫਿਰ ਤੈਨੂੰ ਦਿਖਾਉਣੀ ਆ। ਨਹੀਂ ਨਹੀਂ, ਮੈਂ ਤੈਨੂੰ ਦੱਸੀ ਦਿੰਨੀ ਆ, ਉਹ ਹੀ ਮਾਰੀ ਜਾਂਦੇ ਤੂੰ, ਇਹ ਪੱਤਾ ਇਹ ਖਾਂਦਾ? ਹਾਂ ਇਹ ਖਾਂਦਾ। ਇਹਦੀ ਸੀਰੀ? ਨਾ 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 ਨਾ, ਸੀਰੀ ਪਾਲੀਆਂ ਵਾਸਤੇ ਹੈ ਇਹ, ਨਿਕਲਦੇ ਤਾਂ ਇਹਦੀ ਜੇਬ 'ਚ ਨੇ, ਇੱਕ ਦਿਨ ਉਹ ਕੈਪਸੂਲ 'ਚ ਨਿਕਲੇ ਸੀ। ਨਹੀਂ ਲਿਆ ਕੇ ਇਹੀ ਦਿੰਦਾ ਫਿਰ? ਫਿਰ ਬੇਬੇ ਉਹਨਾਂ ਨੂੰ ਸਾਰੇ ਵੀ ਫੜਾ ਸਕਦਾ, ਆਪਦੇ ਕੋਲੇ ਕਿਉਂ ਰੱਖਦਾ? ਆਪਦੇ ਕੋਲੇ ਉਹਨੂੰ ਦਿੰਦਾ ਥੋੜੇ ਥੋੜੇ ਹੈ, ਹੁਣ ਇਹ ਸਾਰੀ ਨਹੀਂ ਇੱਕ ਦਿਨ ਖਾਜੂ ਅਗਲਾ। ਵਿੱਚ ਆਪਦਾ ਵੀ ਦਾਲ ਲਾਉਂਦਾ, ਮੰਨਦੀ ਨਹੀਂ ਤੂੰ। ਮੈਂ ਤਾਂ ਨਹੀਂ ਮੰਨਦੀ ਹੈਗੀ ਵੀ ਮੁੰਡਾ ਇਹੋ ਜਿਹਾ ਕੁਛ ਕਰਦਾ, ਆ ਪਈਆਂ ਨੇ ਜਮਾਂ ਨਹੀਂ ਉਹ ਤਾਂ ਖਾਂਦਾ ਪੀਂਦਾ, ਮੈਂ ਨਹੀਂ ਮੰਨਦੀ। ਬੇਬੇ ਤੂੰ ਨਹੀਂ ਪੈਰਾਂ 'ਤੇ ਪਾਣੀ ਪੈਣ ਦਿੰਦੀ,
ਕੁੜੇ ਪੈਰਾਂ ਤੇ ਪਾਣੀ ਤਾਂ ਕੀ ਨਹੀਂ ਪੈਣ ਦਿੰਦੀ। ਔਰ ਮੈਨੂੰ ਤਾਂ ਆਪਦੀ ਜ਼ਿੰਦਗੀ ਰੋੜਨੀ ਪਊ। ਮੈਂ ਤਾਂ ਪਿੱਛੋਂ ਵੀ ਕਬੀਲਦਾਰੀ 'ਚ ਸਿਲਾਈ ਕਰਦੀ ਮਰਗੀ ਮੂਹਰੇ ਸੀ ਕਬੀਲਦਾਰੀ 'ਚ, ਉਰੇ ਵੀ ਉਹੀ ਕੁਛ ਹੋ ਗਿਆ। ਮੈਨੂੰ ਕਿਸੇ ਪਾਸੇ ਨਹੀਂ ਸੁੱਖ, ਇਹਨੂੰ ਤੇਰੀ ਸਪੋਰਟ ਪੱਟਦੀ ਹੈ। ਕਾਹਨੂੰ ਪੱਟਦੀ? ਆਹ ਲੈ ਜੀ ਚਾਹ ਬਣਾਉਣੀ ਆ, ਮੈਂ ਚੰਗਾ ਲੈ ਜਾਂਦੀ ਹਾਂ। ਇਹ ਤਾਂ ਰੁੜ ਜਾਣਾ ਨਾ ਉਦੋਂ ਦਾ ਖਾਣ ਲੱਗਿਆ ਜਦੋਂ ਸਰਪੰਚੀ ਸੀ ਮੇਰੇ ਕੋਲੇ, ਲੱਗ ਤਾਂ ਇਹ ਮੇਰੇ ਪੈਰੋਂ ਹੀ ਗਿਆ। ਰੁੜ ਜਾਣਾ ਉਦੋਂ ਮੈਨੂੰ ਐਂ ਤੀ, ਸਾਰਾ ਸਮਾਨ ਘਰੇ ਪਿਆ ਰਹਿੰਦਾ ਤੀ, ਅੱਗ ਸਵਾਹ ਨਸ਼ਾ ਪੱਤਾ। ਹੁਣ ਮੈਨੂੰ ਕਿਹੜਾ ਪਤਾ ਤੀ ਵੀ ਇਹੀ ਲੱਗ ਜੂਗਾ, ਇਹ ਤਾਂ ਕਾਲਜ 'ਚ ਨਿਕਲਿਆ ਹੋਇਆ ਤੀ, ਪੜ੍ਹਦਾ ਪੜ੍ਹਦਾ ਆ ਕੇ ਪਤਾ ਨਹੀਂ ਕਿਹੜੇ ਕੰਮਾਂ 'ਚ ਪੈ ਗਿਆ। ਹੁਣ ਪਤਾ ਤਾਂ ਮੈਨੂੰ ਵੀ ਹੈ, ਖਾਂਦਾ ਹੁਣ ਬਹੁਤ ਤੜਫੀ ਜਾਂਦੀ ਹੈ, ਮੇਰੇ ਕੀ ਸਾਰੇ ਹੈ। ਦੱਸ ਮੈਂ ਕੀ ਕਰ ਸਕਦੀ ਹਾਂ, ਕੀ ਉਹਦੀ ਜ਼ਿੰਦਗੀ ਦਾ ਕਰੂੰਗੀ ਮੈਂ, ਜਦੋਂ ਹੁਣ ਹਟਦਾ ਤਾਂ ਹੈ ਨਹੀਂ। ਦੱਸ ਗੋਲੀਆਂ ਉਹਨੇ ਮੈਨੂੰ ਲਿਆ ਕੇ ਦਿਖਾਤੀਆਂ, ਮੈਂ ਕਿਹੜੀ ਕਿਹੜੀ ਚੀਜ਼ 'ਤੇ ਰੇਤਾ ਪਾਵਾਂ? ਦੱਸ ਮੈਂ ਕੀ ਕੁਛ ਕਰ ਸਕਦੀ ਹਾਂ, ਖਾ ਲਈ ਮੈਂ ਤਾਂ ਰੁੜ ਜਾਣੇ ਨੇ। ਹਜੇ ਵੀ ਆਪਦਾ ਆਪ ਸੰਭਾਲ ਹੀ ਰੱਖੇ ਤਾਂ ਵੀ ਚੰਗਾ ਹੈ, ਜੇ ਇਹਦੇ ਕੋਲ ਕਿਤੇ ਨੰਗਾ ਚਿੱਟਾ ਹੋ ਗਿਆ ਜਮੀ ਫੱਟੀ ਪੁੱਜੂਗੀ। ਇਹ ਤਾਂ ਖੜਨੀ ਨਹੀਂ ਉਰੇ, ਇੱਕ ਮਿੰਟ ਵੀ ਜਾਊਗੇ ਤਾਂ ਉਹਦੀ ਸਵਾਹ ਹੈ ਨਹੀਂ ਇਹਦਾ ਵੀ ਜਿੰਦਰੀ ਦਾ ਕਿਸੇ ਕੰਮ ਦਾ। ਲੈ ਮੈਨੂੰ ਤਾਂ ਕਹਿੰਦੀ ਕਹਿੰਦਾ ਮੈਂ ਤਾਂ ਗੁਰਦੀਪ ਕੋਲ ਜਾਂਦਾ, ਉਹਨਾਂ ਦੇ ਕੋਲ ਨੰਬਰਦਾਰਾਂ ਦੇ ਕੋਲ ਬਾਹਰੋਂ ਆਇਆ, ਕੀ ਪਤਾ ਕਿੱਥੇ ਨਿਕਲਿਆ। ਆ ਗਿਆ ਵੇ, ਆਹ ਕੁਰਸੀ ਚੱਕ ਲਿਆ। ਕਿੱਧਰ ਗਿਆ ਸੀ ਵੇ ਤੂੰ? ਰੁੜ ਜਾਣਾ, ਨਿਕਲਿਆ ਤਾਂ ਗੁਰਦੀਪ ਕੋਲ, ਤੂੰ ਗੁਰਦੀਪ ਦਾ ਬਾਹਰ ਨਾ ਲੈ ਕੇ ਹੋਰ ਊਂਜਾ ਬਣ ਕੇ ਆ ਗਿਆ। ਮੈਨੂੰ ਤਾਂ ਐਂ ਜੇ ਲੱਗਦਾ, ਠੀਕ ਹੋ ਕੇ ਬਹਿ ਜਾ। ਲੈ ਦੱਸ ਮੈਨੂੰ ਤਾਂ ਇਹਦੀ ਸ਼ਕਲ ਵੀ ਹੋਰ ਊਂ ਲੱਗੀ ਜਾਂਦੀ ਅੱਜ। ਦੱਸ ਆਹ ਬੈਠਾ ਗੁੱਟ ਬਣਿਆ, ਉਹ ਆਊਗੀ ਹੁਣ ਟੱਪੂਗੀ ਨਾਲੇ। ਮੈਂ ਕੀ ਕਰ ਸਕਦੀ ਹਾਂ ਭਾਈ, ਘਰੀ ਜਾ, ਜਿਹੜਾ ਕੁਛ ਕਰਨਾ ਕਰਕੇ ਹਟੇਗਾ, ਜਿਹੜਾ ਕੁਛ ਤਾਂ ਕਰਨਾ। ਰੁੜ ਜਾਣੇ ਆ, ਮੈਨੂੰ ਤਾਂ ਦੀਂਦੇ ਹੀ ਆ ਕਰਤੂਤ, ਜੇ ਉਹ ਆ ਗਈ ਉਹ ਟੱਪੂਗੀ। ਲੈ ਫੜਾ ਗੁਰਦੀਪ ਕੋਲੇ ਲਿਕੜਿਆ ਸੀ ਕੀ ਇਹ ਜਾ, ਖਾਂਦੇ ਪੀਂਦੇ ਮੈਨੂੰ ਤਾਂ ਸਮਝ ਨੀ ਆਉਂਦੀ ਹੈਗੀ ਗੱਲ ਦੀ। ਚਾਹ ਪੀ ਲੈ ਬੇ, ਡੋਲ ਨਾ ਲਈ। ਇਹ ਤਾਂ ਮਿੱਠਾ ਮੁੱਠਾ ਪਾ ਲਿਆ ਕਰੋ ਮਾੜਾ ਮੋਟਾ। ਬੇ ਪੁੱਤ ਮਿੱਠਾ ਤਾਂ ਬਹੁਤ ਹੈ ਚਾਹ 'ਚ, ਮੈਂ ਹੁਣ ਪੀਤੀ ਹੋਈ ਹੈ। ਮਿੱਠਾ ਤਾਂ ਇੰਨਾ ਚਾਹ 'ਚ, ਤੁਸੀਂ ਤਾਂ ਐਂ ਕਹਿੰਦੇ ਜਿਵੇਂ ਚਾਸ਼ਣੀ ਬਣਾ ਕੇ ਦੇ ਦੇ, ਮਿੱਠੇ ਨਾਲ ਤਾਂ ਬੁੱਲ ਚਿਪਦੇ ਆ। ਫਿੱਕੀ ਆ, ਕੀ ਚੰਗਾ ਲੱਗਦਾ ਤੈਨੂੰ ਇੰਨਾ ਮਿੱਠਾ? ਆ ਪੱਤੇ ਨਹੀਂ ਨਾ ਨਿਕਲਣ ਦਿੰਦੇ ਬਾਹਰ ਇਹਨੂੰ। ਕੀ ਕਰੀਏ ਭਾਈ, ਆਪਾਂ ਤਾਂ ਖਾ ਲਏ ਇਹਨਾਂ ਨੇ। ਪੱਤੇ ਕੌੜੇ ਨਹੀਂ ਲੱਗਦੇ ਕੈਪਸੂਲ, ਕਿਹੜੇ ਕੈਪਸੂਲ? ਗੋਲੀਆਂ ਕੌੜੀਆਂ ਨਹੀਂ ਲੱਗਦੀਆਂ? ਫੋਟੋ ਭੇਜੀ ਸੀ, ਉਹਨੇ ਦੱਸਿਆ ਕਹਿੰਦੇ ਦੂਜੀਆਂ ਗੋਲੀਆਂ ਨੇ, ਜੀਵ ਜੂਹ ਥੱਲੇ ਧਰਨ ਵਾਲੀਆਂ ਕਿਹੜੀਆਂ ਕਹਿੰਦੇ ਹੁੰਦੇ ਆ, ਹਜੇ ਮੰਨਦੇ ਨੀ ਮਾਂ ਪੁੱਤ।
ਉਹ ਇਹੋ ਜਿਹੀਆਂ ਹੁੰਦੀਆਂ, ਉਹ ਵੀ ਜੀਭ ਵਾਲੀਆਂ ਵੀ ਇਹ ਹੱਡਾਂ ਪਰ ਹੁੰਦੀਆਂ ਨੇ। ਗੱਲ ਨਹੀਂ ਪੁੰਚਾ ਡਿੱਗਣ ਦਿੰਦਾ। ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਗੋਲੀਆਂ ਤੇ, ਤੁਸੀਂ ਵੀ ਗੱਲ ਉਵੇਂ ਬਣਾਤੀ। ਹੋਰ ਉਵੇਂ ਬਣਾਤੀ ਗੱਲ, ਸਤਾਪੀ ਬਣਾਤੀ ਵੀ ਗੱਲ। ਹਾਂ ਇਹੋ ਜਿਹੀ ਗੱਲ ਤਾਂ ਨਹੀਂ ਹੈਗੀ। ਸਾਰਾ ਦਿਨ ਉਵੇਂ ਲਾ ਰੱਖੀਆਂ ਗੋਲੀਆਂ ਗੋਲੀਆਂ, ਅਸੀਂ ਤਾਂ ਘਰੇ ਆਉਣ ਨੂੰ ਜੀ ਕਰਦਾ, ਫਿਰ ਕਿ ਅੱਧੀ ਰਾਤ ਘਰੇ ਵੜਦਾ, ਘਰੇ ਬੈਠਣ ਵੀ ਦਿੰਦੇ ਹੋ? ਅਸੀਂ ਤਾਂ ਜੀ ਟੋਕਿਆ, ਅਸੀਂ ਤਾਂ ਕਦੇ ਟੋਕੇ ਨਹੀਂ। ਗੋਲੀਆਂ ਇਹ ਤਾਂ ਬਾਹਲਾ ਤਾਂ ਜਿੱਦਾਂ ਦਾ ਗੁਰਦੀਪ ਬਾਹਰੋਂ ਆਇਆ, ਗੁਰਦੀਪ ਕੋਲ ਹੀ ਰਹਿੰਦਾ। ਉਹ ਵਿਚਾਰੇ ਨੂੰ ਕੋਈ ਬੈਲ ਨਹੀਂ, ਕੁਛ ਖਾਂਦਾ ਨਹੀਂ ਪੀਂਦਾ ਨਹੀਂ, ਉਹਦੇ ਕੋਲ ਰਹਿੰਦਾ। ਫਿਰ ਇਕੱਲਾ ਜਾ ਕੇ ਕਿੱਥੋਂ ਖਾਇਆ ਪੀ ਆਉਂਦਾ? ਪੁੱਤ ਵਹਿਮ ਦਾ ਤਾਂ ਦੇਖ ਕੋਈ ਇਲਾਜ ਨਹੀਂ ਹੈਗਾ, ਵਹਿਮ ਦਾ ਕੋਈ ਇਲਾਜ ਨਹੀਂ। ਮੈਂ ਇੱਥੇ ਨਹੀਂ ਤੁਹਾਡੇ ਨਾਲ ਜੁੜਿਆ ਜਾਂਦਾ। ਬਾਗੀ ਉਹ ਤਾਂ ਮੇਰੀ ਸੁਣਵੇ ਗੱਲ, ਵੇ ਲੈ ਕੇ ਆ, ਮੈਨੂੰ ਤਾਂ ਤੇਰੀ ਕਰਤੂਤ ਦਾ ਪਤਾ ਹੈ ਸਾਰਾ। ਆ ਬੈਠੀ ਹਾਂ ਮੈਂ, ਪੱਤਾ ਲਈ ਲਕੋਈ ਬੈਠੀ ਹਾਂ। ਇਹ ਪੱਤਾ ਤੇਰੀ ਜੇਬ 'ਚੋਂ ਨਿਕਲਿਆ, ਉਹਨੇ ਕੱਪੜੇ ਧੋਤੇ ਨੇ, ਹੱਡ ਪੈਰ ਵਾਲੇ ਨੇ, ਫਿਰ ਤੂੰ ਵੀ ਉਹਦੇ ਮਗਰ ਲੱਗ ਗਈ, ਖੇਤ ਹੀ ਚੰਗਾ। ਮੈਂ ਤਾਂ ਤੂੰ ਨਹੀਂ ਜਿਉਣ ਦਿੰਦਾ ਮੈਨੂੰ, ਵੇ ਲੈ ਕਾ। ਉਹ ਆ ਕਿੱਧਰੋਂ ਤੁਰੀ ਆਉਂਦੀ ਹੈ, ਕਿਵੇਂ ਆਉਂਦੀ ਹੈ ਇਹ? ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਬਹਿ ਜਾ ਭੈਣੇ। ਹਾਂ ਬੈਠੀ ਹੋ, ਠੀਕ ਹੈ ਭੈਣੇ? ਠੀਕ ਹੀ ਹੈ ਬਸ। ਹਾਂ ਜਵਾਕ ਕਿੱਧਰ ਗਏ ਨਾ? ਜਵਾਕ ਤਾਂ ਅੱਜ ਮਾਨਸਾ ਗਏ ਨੇ। ਅੱਛਾ, ਹਾਏ ਹਾਏ, ਗੋਡਿਆਂ ਨੇ ਮਾਰ ਲਏ। ਆਈ ਹੈ ਭੈਣੇ ਗੋਡੇ ਤਾਂ, ਮੇਰੇ ਗਵਾਹਾਂ ਦੁਖਦੇ ਨੇ। ਲੈ ਦੱਸੋ ਮਾਨਸਾ ਕੀ ਕਰਨ ਗਏ ਭੈਣੇ? ਉਹ ਭੈਣੇ ਵੀਰਪਾਲ ਨੂੰ ਲੈ ਕੇ ਗਏ, ਨਾਲੇ ਤਾਂ ਸੌਦਾ ਪੱਤਾ ਜਿਹਾ ਲਿਆਊਗਾ ਘਰ ਦਾ, ਨਾਲੇ ਮੁੰਡੇ ਦੇ ਕੱਪੜੇ ਲਿਆਊਗਾ ਨੂਰ ਦੇ। ਮੁੰਡੇ ਪੱਟਤੇ ਤੇਰੇ ਮੁੰਡੇ ਨਾਲ, ਤੂੰ ਨੀ ਰੋਕਦੀ ਆਪਦੇ ਮੁੰਡੇ ਨੂੰ, ਮੈਂ ਕਿਵੇਂ ਰੋਕ ਸਕਦੀ ਆ? ਮੇਰਾ ਮੁੰਡਾ ਤਾਂ ਭੈਣੇ ਆਖੇ ਨੀ ਲੱਗਦਾ, ਤੂੰ ਆਪਦੇ ਮੁੰਡੇ ਨੂੰ ਸਮਝਾ ਲਾ, ਸਾਡੇ ਮੁੰਡੇ ਦੇ ਨਾਲ ਨਾ ਰਲੇ। ਕਾਹਤੋਂ ਨਾ ਰਲੇ, ਕੀ ਕਰਦਾ ਮੇਰਾ ਮੁੰਡਾ? ਭੈਣਿਆ ਬਸ ਨਸ਼ਿਆਂ ਤੇ ਲਾਤਾ ਤੇਰੇ ਮੁੰਡੇ ਨੇ। ਅੱਛਾ, ਹਾਂ ਤੇਰਾ ਮੁੰਡਾ ਥੋੜੇ ਜਿਹੇ ਨਸ਼ੇ ਵੱਧ ਕਰਦਾ। ਵੱਧ ਕਰਦਾ? ਤੈਨੂੰ ਕਿਹਨੇ ਦੱਸਿਆ? ਲੋ ਤਾਂ ਭੈਣੇ ਸਾਰੇ ਪਿੰਡਾਂ ਪਿੰਡੀ ਪਤਾ ਹੈਗਾ, ਤੈਨੂੰ ਪਤਾ ਹੀ ਨਹੀਂ ਹਜੇ। ਮੈਨੂੰ ਨਹੀਂ ਪਤਾ ਵੀ ਮੇਰੇ ਮੁੰਡੇ ਨੂੰ ਐਂ ਕਹਿੰਦੇ ਨੇ ਲੋਕ ਪੰਜਰ। ਤੇਰਾ ਮੁੰਡਾ ਤਾਂ ਭੈਣੇ ਜਦੋਂ ਪੜ੍ਹਦਾ ਸੀ ਉਦੋਂ ਵੀ ਚੋਟੀ ਦਾ ਬਨਵਾਸ ਸੀ। ਤੂੰ ਆਪਦੇ ਮੰਜੇ ਥੱਲੇ ਸੋਟਾ ਮਾਰ, ਆਪਦੇ ਮੁੰਡੇ ਨੂੰ ਸਮਝਾ ਲਾ ਭੈਣੇ। ਤੇਰੇ ਕੋਲ ਤਾਂ ਭੈਣੇ ਹੈਗੇ 10 ਕਿੱਲੇ, ਤੁਹਾਡਾ ਤਾਂ ਨੰਗਾ ਲੈ ਜੂ, ਸਸਤਾ ਆਪਦੇ ਘਰੇ ਟਾਈਮ ਪਾਸ ਕਰਦੇ। ਤੇਰੇ ਮੂਹਰੇ ਬੰਦੇ ਆ ਹੱਥ, ਮੈਂ ਤਾਂ ਲਾਂਭਾ ਦੇਣੀ ਆਈ ਸੀਗੀ। ਤੂੰ ਹੁਣ ਤਾਂ ਲੋਕ ਵੀ ਘਰੇ ਆ ਕੇ ਲਾਂਭਾ ਦੇਣ ਲੱਗ ਗਏ, ਹੁਣ ਦੱਸ ਕਿੱਥੇ ਲੋਕਾਂ ਫੇਰ ਉੱਡ ਜਾਣਿਆ? ਤੈਂ ਤਾਂ ਜਮਾਂ ਫੱਟੀ ਪੋਚਦੀ, ਹਾਏ ਹਾਏ। ਮੈਨੂੰ ਤਾਂ ਐਂ ਲੱਗਦਾ ਇਹਨੂੰ ਤਾਂ ਗੋਹੇ ਕੂੜੇ ਵਾਲੀ ਨੇ ਦੱਸਿਆ ਹੋਣਾ, ਉਹਦੇ ਹੁੰਦੇ ਵੀਰਪਾਲ ਭੌਂਕਦੀ ਰਹਿੰਦੀ ਹੈ, ਹੋਰ ਇਹਨੂੰ ਕਿਹਨੇ ਕਹਿਤਾ? ਬੱਚੀ ਬਣੀ ਆ, ਹਜੇ ਕਹਿੰਦੀ 15 ਘਰਾਂ ਦੇ ਮੁੰਡੇ ਪੱਟਤੇ, ਦੇਖ ਲੈ 15 ਘਰਾਂ ਦੇ ਮੁੰਡੇ। ਵਾਹਿਗੁਰੂ ਵਾਹਿਗੁਰੂ, ਬੇਟਾ ਘਰੇ ਵੜਦਾ, ਆਉਣ ਦੇ ਅੱਜ ਕੰਜਰ ਨੂੰ ਘਰੇ।
ਤੂੰ ਕੱਲੀ ਵੀ ਤੁਰੀ ਆਉਂਦੀ ਆ ਕੁੜੇ। ਹੋਰ ਬੇਬੇ, ਉਹ ਤਾਂ ਮੈਨੂੰ ਉੱਥੇ ਬਲਾਇਤੀ ਦੀ ਦੁਕਾਨ ਤੇ ਬਿਠਾ ਗਿਆ ਤੇ ਸਮਾਨ ਤੇ ਮੈਂ ਪੂਰਾ ਪਵਾ ਲਿਆ ਸਾਰਾ, ਉਹਦੀ ਪੈਕਿੰਗ ਕਰਾ ਲਈ। ਫਿਰ ਮੇਰੇ ਕੋਲ ਪੈਸੇ ਨਹੀਂ ਸੀ, ਫਿਰ ਮੈਂ ਉੱਥੇ ਧਰ ਕੇ ਆਈ ਆ। ਮੇਰੀ ਕਿੱਡੀ ਬੇਇੱਜ਼ਤੀ ਹੋਈ ਹੈਗੀ। ਬੂ ਮੈਂ ਮਰ ਜਾ। ਫਿਰ ਤੂੰ ਕਿਵੇਂ ਆਈ ਕੁੜੇ ਹੁਣ? ਉਹ ਕਹਿੰਦਾ ਭਾਈ ਕਹਿੰਦਾ ਸਮਾਨ ਨਹੀਂ ਲਿਆਂਦੇ, ਫਿਰ ਐਂ ਟਾਲਾ ਲਾਇਆ। ਮਾਂ ਵੀਰੇ, ਮੈਂ ਇੱਥੇ ਚੱਕਿਆ ਨਹੀਂ ਜਾਣਾ। ਮੈਂ ਮੱਚ ਗਈ ਮਾਂ, ਮੈਂ ਇੱਧਰ ਸੂਟਾਂ ਵਾਲੀ ਦੁਕਾਨ ਤੇ ਜਾਣਾ, ਮੈਂ ਉੱਧਰ ਜਾਇਆ ਵਾਂ। ਫਿਰ ਮੈਂ ਤਾਂ ਉੱਥੋਂ ਆਏ ਨਿਕਲ ਕੇ ਆਈ ਦੁਕਾਨ ਤੋਂ। ਨਾ ਹੁਣ ਤੂੰ ਬੱਸ ਤੇ ਆਈ ਆ ਕੱਲੀ? ਫਿਰ ਉਹ ਤਾਂ ਉੱਥੇ ਬੱਸ ਅੱਡੇ ਤੇ ਮੈਨੂੰ ਭੋਲੀ ਹੋ ਰਹੀ ਹੈ, ਮਿਲ ਗਈ ਉਹ ਦੋਨੇ ਭੈਣਾਂ ਖੜੀਆਂ ਸੀ। ਫਿਰ ਮੈਂ ਤਾਂ ਉਹਨਾਂ ਨਾਲ ਆ ਗਈ। ਨਹੀਂ ਮੈਂ ਮਰ ਜਾ। ਸਮਝਾਉਣਾ ਇਹਨੂੰ, ਸਮਝਾ ਲੈ ਬੇਬੇ, ਨਹੀਂ ਮੈਨੂੰ ਕੋਈ ਹੋਰ ਕੰਮ ਨਾ ਕਰਨਾ ਪੈ ਜੇ। ਮੈਂ ਤਾਂ ਪੁੱਤ, ਮੈਂ ਤੇਰੇ ਭਾਵੇਂ ਮੈਂ ਸਮਝਾਉਂਦੀ ਨਹੀਂ, ਮੈਂ ਤੇਰੇ ਮਾਮੇ ਨੂੰ ਸੱਦੂ। ਹੁਣ ਨਹੀਂ ਗੱਲ ਬਣਦੀ ਹੈਗੀ ਉਹਦੇ ਸੱਦੇ ਬਿਨਾ। ਨਹੀਂ ਮੈਂ ਤਾਂ ਆਥਣ ਨੂੰ ਕਰ ਦੂ ਇੱਕ ਪਾਸਾ। ਮੈਂ ਤਾਂ ਉਹਦੇ ਜਵਾਕ ਦੇ ਕੱਪੜੇ ਵੀ ਲੈ ਗਈ, ਉਹਨੂੰ ਘਰੇ ਛੱਡ ਕੇ ਗਈ। ਮੈਂ ਬੁਖਾਰ ਚੜਿਆ ਹੋਇਆ, ਚੱਲ ਨਾ ਪਾਈ ਲੈ ਕੇ ਲਿਆਉਂਗੀ। ਮੁੜਿਆ ਹੀ ਫਿਰ, ਹੋਰ ਕੀ ਕਰਾਂ ਜਦ ਪੈਸੇ ਨਹੀਂ ਸੀ ਕੋਲੇ। ਕਿੱਡੀ ਬੇਇੱਜ਼ਤੀ ਹੋਈ ਹੈ। ਹੁਣ ਕਰਾਇਆ ਵੀ ਉਹਨਾਂ ਨੇ ਲਾਇਆ, ਭੋਲੀ ਵਰਗਿਆਂ ਨੇ ਮੇਰਾ। ਨਹੀਂ ਉਹਦੇ ਨਾਲ ਕੌਣ ਰੁੜ ਜਾਣੇ ਦੇ ਹੁਣ? ਪਤਾ ਨਹੀਂ ਕੌਣ ਆ ਕੌਣ ਨਾ, ਮੈਨੂੰ ਤੇ ਦੋ ਤਿੰਨ ਮੁੰਡੇ ਜੇ ਖੜੇ ਸੀ ਉਹਨਾਂ ਦੇ ਨਾਲ ਜਾ ਰਲਿਆ। ਮੈਨੂੰ ਕਹਿੰਦਾ ਆਉਣਾ ਤੂੰ ਇੱਥੇ ਖੜੀ। ਕਹਿੰਦਾ ਬੇਬੇ ਆਪਦੀ ਗੌਰ ਕਰ ਲਾ ਹੁਣ, ਫੇਰ ਨਾ ਤਹਾਂ ਟਹਾਂ ਨੂੰ ਚੱਕੀ। ਮਰ ਗਿਆ ਹੁਣ, ਮੈਨੂੰ ਉਹਦੀ ਸੋਚ ਹੋ ਗਈ ਰੁੜ ਜਾਣੇ ਦੀ। ਖਬਰੇ ਕਿੱਥੇ ਰਹਿ ਗਿਆ, ਫੋਨ ਕਰਕੇ ਦੇਖਾਂ। ਉਹ ਫੋਨ ਤਾਂ ਬੰਦ ਪਏ, ਖਬਰੇ ਕਿੱਥੇ ਨਿਕਲੇ। ਘਰੋਂ ਤਾਂ ਰੁੜ ਜਾਣੇ ਨੂੰ ਹੁਣ ਪੈਸੇ ਮਿਲਣੋਂ ਹਟ ਗਏ। ਹੁਣ ਆਹ ਵੈਬ ਤਾਂ ਲੱਗ ਗਿਆ ਕਰਨ, ਅੱਜ ਨਹੀਂ ਪੈਸੇ ਮੁੜਦੇ ਜਿਹੜੇ ਲੈ ਗਿਆ, ਅੱਜ ਤਾਂ ਖਾ ਕੇ ਮੁੜੂਗਾ। ਚੁੱਲ੍ਹੇ 'ਚ ਜਾਣੇ ਨੂੰ ਉਹਦੇ ਬਿਲ ਫੜਾਇਆ, ਉਹਦੇ ਬਿਲ ਵਾਲੇ ਖਾ ਗਿਆ। ਓ ਕੀ ਬਗਾਨੀ ਤੀ ਉਹਨੂੰ ਦੋਸ਼ ਦੇਵਾਂ ਮੈਂ। ਇਹ ਨਹੀਂ ਜਾਣ ਜੋਗੇ ਛੱਡਦਾ ਹੁਣ, ਤਾਂ ਮਾਰ ਕੇ ਛੱਡੂਗਾ। ਬੂਆ ਆਉਂਦਾ ਵਗਿਆ, ਦੇਖਾਂ ਕੀ ਕਰਤੂਤ ਖੋਲ ਕੇ ਆਇਆ। ਬੂਰੀ ਕੁੜ ਕੇ ਬੂਰੀ, ਸੱਟ ਤਾਂ ਨਹੀਂ ਵੱਜੀ ਬੂਵੇ? ਕੀ ਹੋ ਗਿਆ ਮੁੰਡਿਆ? ਸੱਟ ਜੀ ਤਾਂ ਹੋ ਗਿਆ, ਨਹੀਂ ਦੇਖਦੇ ਵੀ ਟੁੱਟ ਹੋਇਆ ਆਉਂਦਾ। ਨਹੀਂ ਟੁੱਟ ਤਾਂ ਮੇਰੀ ਮੰਨੀ ਨਹੀਂ ਨਹੀਂ ਖੜਾ ਕਰਦੇ। ਹਾਏ ਹਾਏ, ਖੜਾ ਹੋ ਆ ਚੱਪਲ ਮੁੰਡੇ ਦਾ, ਕੋਈ ਠੀਕ ਕਰਨੀ ਵੀ ਸਾਰ ਨਾਲ ਚੱਕ ਲੈ ਸਨੂਣ। ਚੱਲ ਹੋ ਖੜਾ। ਹਾਏ ਹਾਏ, ਫੜ ਤੇ ਟਪਾਉਂਦਾ ਹੈਗਾ। ਨਹੀਂ ਖਰਚਾ ਡੇਗੇਂਗੀ। ਮੈਂ ਕਿਹਾ ਅੱਜ ਜਵਾਕ ਨੂੰ ਦਵਾਈ ਲਿਆਵਾਂਗੇ ਜਾ ਕੇ, ਪਰ ਕਿੱਥੇ ਇਹਨੂੰ ਨਸ਼ੇ ਤੋਂ ਫੁਰਸਤ ਮਿਲਦੀ ਹੈ? ਓਹੋ ਦੇਖ ਕੀ ਹਾਲ ਕਰ ਰੱਖਿਆ। ਬੂ ਮੈਂ ਮਰ ਜਾ ਕੁੜੇ, ਆਪਾਂ ਤਾਂ ਡਾਕਟਰ ਨੂੰ ਸੱਦ ਲੈਂਦੀਆਂ। ਹਾਏ ਹਾਏ, ਵਾਗਰੂ ਵਾਗਰੂ, ਬੜੀ ਖਾਈ ਮੈਂ ਤਾਂ ਇਸਨੇ, ਰੁੜ ਜਾਣੇ ਨੇ। ਹਾਏ ਹਾਏ, ਅੱਜ ਤਾਂ ਇਹਦਾ ਬੁਰਾ ਹਾਲ ਹੈ, ਅੱਜ ਤਾਂ ਐਂ ਲੱਗਦਾ ਜਿਵੇਂ ਕਿਸੇ ਨੂੰ ਕੁਛ ਦੇ ਤਾ ਹੁੰਦਾ। ਹਾਏ ਹਾਏ ਕੁੜੇ, ਵੀ ਦੇਖ ਬੇਬੇ, ਸੂਈਆਂ ਬਾਂਹ ਤੇ ਲੱਗੀ ਹੋਈ ਪੱਟ ਕੇ ਲਿਆਈਆਂ। ਅਜੇ ਤੂੰ ਮੰਨਦੀ ਨਹੀਂ ਸੀ ਕੁੜੇ, ਬਸ ਚੁੱਪ ਕਰ ਜਾ ਬੈ ਜਾ। ਕਿਉਂ ਮੇਰਾ ਘਰ ਖਰਾਬ ਕਰਦੀ ਐ? ਨਹੀਂ ਮੈਂ ਤੈਨੂੰ ਦੱਸਦੀ ਆ ਵੀਰਪਾਲ, ਨਹੀਂ ਡਾਕਟਰ ਨੂੰ ਸੱਦ ਲੈਂਦੇ ਆਪਾਂ। ਹਾਏ ਹਾਏ ਹਾਏ, ਹੁਣ ਡਾਕਟਰ ਨੂੰ ਸੱਦ ਲੈ, ਤਾਂ ਰੋਜ਼ ਦੇ ਆਹੀ ਕੰਮ ਐ। ਕਿਹੜਾ ਚੀਜ਼ਗਾ ਇਹ? ਹਜਾ ਹਾਲ ਨਹੀਂ ਕਦੇ ਹੋਇਆ ਤੀ ਪੁੱਤੇ, ਇਹ ਤਾਂ ਤੂੰ ਨਾ ਗਏ। ਇਹ ਤਾਂ ਮੈਨੂੰ ਤਾਂ ਐ ਲੱਗਦਾ ਵੀ ਇਹਨੂੰ ਤਾਂ ਕੁਝ ਖਵਾ ਪਿਆ ਤਾਂ ਕਿਸੇ ਨੇ। ਬੇਬੇ ਆ ਬਣਾ ਲਾ ਹੱਥ, ਹੁਣ ਤਾਂ ਮੰਨ ਜਾ। ਜਵਾਕ ਮੇਰਾ ਬੁਖਾਰ ਨਾਲ ਵਿਲਕੇ ਜਾਂਦਾ ਗਾ, ਕਿਹਨੂੰ ਲੈ ਕੇ ਜਾਵਾਂ ਦਵਾਈ? ਕੁੜੇ ਮੇਰੀ ਗੱਲ ਸੁਣ, ਮੇਰੇ ਕੀ ਸਾਰੇ ਹੈ? ਮਾਂ ਕਿਹੜੀ ਕਹਿੰਦੀ ਹੁੰਦੀ ਵੀ ਮੇਰਾ ਪੁੱਤ ਨਸ਼ੈੜੀ ਹੋ ਜੇ, ਮੈਂ ਚੱਲੂੰਗੀ ਤੇਰੇ ਨਾਲ। ਬਸ ਬਸ ਐਂ ਨਾ ਕਰ ਤੂੰ, ਮੈਨੂੰ ਤਾਂ ਐਂ ਲੱਗਦਾ ਇਹ ਦਾਖਲ ਕਰਨਾ ਪਊਗਾ, ਰੁੱਕ ਜਾਣਾ। ਮੈਨੂੰ ਕੀ ਪਤਾ ਤੀ
ਬਸ ਚੁੱਪ ਕਰ ਜਾ। ਹਾਏ ਹਾਏ, ਉਹ ਤਾਂ ਮੈਨੂੰ ਝੂਠੀ ਪਾ ਦਿੰਦੇ ਸੀ। ਨਹੀਂ ਮੈਨੂੰ ਕੀ ਪਤਾ ਸੀ, ਮੈਨੂੰ ਤਾਂ ਐਂ ਲੱਗਦਾ ਟੀਕਾ ਲਵਾਉਣਾ ਪਊਗਾ ਇਸ ਦੇ, ਨਹੀਂ ਦਾਖਲ ਕਰ ਲੈਂਦੇ ਹਾਂ। ਮੈਨੂੰ ਤਾਂ ਐਂ ਲੱਗਦਾ ਵੀ ਇਹ ਤਾਂ ਦਾਖਲ ਕਰਨ ਵਾਲਾ ਹੋਇਆ ਪਿਆ। ਕਰ ਲਾ ਕੁਛ ਮਰਜ਼ੀ ਕਰ, ਚਾਹੇ ਇਹਨੂੰ ਸੈਂਟਰ 'ਚ ਸਿੱਟ, ਚਾਹੇ ਕੁਛ ਹੋਰ ਕਰ, ਚਾਹੇ ਦਾਖਲ ਕਰ। ਨਾ ਲਿਆ ਬੇ। ਹਾਂ ਬੇ। ਉਰੇ ਆ ਮੇਰੇ ਲਵੇ ਬੈਠ। ਕੱਲ ਕਿੱਥੇ ਸੀ ਤੂੰ ਬੇਸ਼ਰਮਾ? ਕੱਲ ਇੱਥੇ ਸੀ ਬੇ। ਇੱਥੇ ਕਿੱਥੇ ਸੀ? ਖੇਤ ਸੀ ਕੱਲ। ਖੇਤ ਹੀ ਹੈ? ਹਾਂ। ਖੇਤੋਂ ਆਇਆ ਤੀ ਇਹ ਜਿਹਾ ਹੋ ਕੇ ਤੂੰ? ਸੰਗ ਮੰਨ ਮਾੜੀ ਮੋਟੀ, ਤੈਂ ਕਿਉਂ ਕਰ ਪੱਟਣ 'ਤੇ ਜ਼ੋਰ ਲਾ ਲਿਆ? ਰੁੜ ਜਾਣੇ, ਪਹਿਲਾਂ ਤਾਂ ਤੈਨੂੰ ਮੀਟਰ ਵਾਲੇ ਪੈਸੇ ਦਿੱਤੇ ਬਿੱਲ ਭਰਨ ਵਾਸਤੇ, ਉਹ ਖਾ ਗਿਆ। ਫੇਰ ਮੈਂ ਤੇਰਾ ਕੱਲ੍ਹ ਫੋਨ ਲਾਇਆ, ਫੋਨ ਵੀ ਤੂੰ ਖਾ ਗਿਆ। ਨਾ ਬੇ, ਫੋਨ ਤਾਂ ਖਰਾਬ ਹੋ ਗਿਆ, ਲੋਡ ਕਰਾਉਣਾ ਤਾਂ ਹੋਇਆ, ਕੱਲ੍ਹ ਨੂੰ ਮਿਲ ਜੂਗਾ। ਚੱਲ ਉਹਦਾ ਪਤਾ ਲੱਗ ਜੂ ਮੈਨੂੰ। ਫਿਰ ਤੈਨੂੰ ਸੌਦੇ ਵਾਸਤੇ ਪੈਸੇ ਦਿੱਤੇ, ਸੌਦਾ ਨਹੀਂ ਲੈ ਕੇ ਆਇਆ। ਉਹ ਬਗਾਨੀ ਸੀ ਦਾ ਕੀ ਕਸੂਰ ਆ? ਰੁੜ ਜਾਣੇ, ਇਕੱਲੀ ਆਈ ਆ ਉਹ। ਮੈਂ ਉਹਦੀਆਂ ਆ ਗਿਆ ਸੀਗਾ ਬੇਬੇ, ਖੜੀ ਨਹੀਂ ਉਹ। ਫਿਰ ਮੈਂ ਗੁਰਦੀਪ ਕੋਲੇ ਬਹਿ ਗਿਆ, ਲੰਬਰਦਾਰਾਂ ਦੇ ਕੋਲੇ। ਮੈਂ ਉਹਦਾ ਬਾਗੀ, ਚੱਲ ਹੁਣ ਬਾਗੀ। ਫਿਰ ਉਹ ਵੀ ਤੇਰੀ ਕਰਤੂਤ ਨੂੰ ਦੇਖ ਕੇ ਗਈ ਹੈ। ਮੈਂ ਉਹਦੀ ਮੁੜਾਇਆ ਸੀ, ਖੜੀ ਨਹੀਂ ਉਹ। ਨਾ ਪਹਿਲੀ ਗੱਲ ਤਾਂ ਤੇਰਾ ਜਾਣ ਦਾ ਹੀ ਹੱਕ ਨਹੀਂ ਸੀ, ਤੂੰ ਕਿਉਂ ਗਿਆ ਇਹਨੂੰ ਛੱਡ ਕੇ? ਬੇਬੇ ਏਡੀ ਗੱਲ ਆ, ਕੋਈ ਬੋਲ ਮਾਰ ਲਈ ਮੁੰਡੇ ਨੇ, ਫਿਰ ਵਗ ਗਿਆ ਮੈਂ। ਏਡੀ ਗੱਲ ਇਹ? ਤੇਰੀ ਤਾਂ ਵੱਡੀ ਗੱਲ ਹੁੰਦੀ ਹੈ ਨਹੀਂ, ਤੇਰੀ ਨਹੀਂ ਵੱਡੀ ਗੱਲ ਹੁੰਦੀ। ਆ ਸੁਣ ਲਈ, ਬਥੇਰਾ ਕੁਛ ਬੋਲੂਗੀ ਤੈਨੂੰ। ਬੋਲਣੀ ਇਹਨਾਂ ਨੇ, ਬੋਲੀ ਜਾਣਗੇ। ਲੈ ਬੋਲੀ ਜਾਣ ਦੇ। ਫੋਨ ਦੀ ਸੁਣ ਲੈ, ਫੋਨ ਤਾਂ ਇਹ ਵੇਚ ਕੇ ਖਾ ਗਿਆ ਬੇਬੇ, ਹਜੇ ਕਹਿੰਦੇ ਮੇਰੇ ਦੁਕਾਨ ਤੇ ਪਿਆ। ਇਹ ਤਾਂ ਕਹਿੰਦਾ ਮੇਰਾ, ਮੈਂ ਕੱਲ ਨੂੰ ਲਿਆਉਂਗਾ। ਕੋਈ ਗੱਲ ਨੂੰ ਨਹੀਂ ਲਿਆਉਂਦਾ, ਫੋਨ ਦੀ ਤਾਂ ਵੱਟਤੀਆਂ ਰਿਉੜੀਆਂ ਨੇ। ਕਿੱਥੋਂ ਵੱਟਤੀਆਂ ਲਿਆਉਂਗਾ ਫੜ ਕੇ ਮੈਂ? ਤੂੰ ਕੱਲ, ਇਹ ਤਾਂ ਕਹਿੰਦਾ ਤਾਂ ਉਹਦੀ ਭੱਜਿਆ ਹੀ। ਉਹਦੀ ਆ ਗਿਆ ਸੀ ਮੈਂ, ਖੜੀ ਰਹੀ ਆ ਉੱਥੇ 2 ਘੰਟੇ। ਮੈਂ ਉਹਦੀ ਆ ਗਿਆ ਸੀ 5 ਮਿੰਟਾਂ 'ਚ। ਨਹੀਂ ਨਹੀਂ, ਤੂੰ ਸੱਚਾ ਸੀ ਤਾਂ ਝੂਠੇ ਆ, ਤੁਸੀਂ ਸੱਚ ਬੋਲਣਾ। ਜਿਹੜੀ ਮੇਰੀ ਛਾਂਪ ਪਈ ਸੀ ਉੱਥੇ ਰੱਖੀ ਸੀ ਕੱਲ, ਉਹ ਕਿੱਥੇ ਮੇਰੀ ਛਾਂਪ? ਮੈਨੂੰ ਛਾਂਪ ਦਾ ਕੀ ਪਤਾ? ਬਤ ਕਰਕੇ ਮੈਨੂੰ ਛਾਂਪ ਨਹੀਂ ਮਿਲੀ। ਇਹੀ ਜੀ ਚੀਜ਼ ਤਾਂ ਨਹੀਂ ਇਹ ਚੱਕਦਾ, ਮੈਂ ਨਹੀਂ ਮੰਨਦੀ। ਮੈਂ ਝੂਠ ਬੋਲਦੀ ਆ ਬੇਬੇ? ਤੂੰ ਤਾਂ ਝੂਠ ਤਾਂ ਨਹੀਂ ਬੋਲਦੀ, ਤੂੰ ਤਾਂ ਸੱਚ ਬੋਲਦੀ ਆ। ਚੱਕ ਲਈ ਜਾਂ ਮੈਂ, ਚੱਕ ਲਈ ਮੈਂ ਲਗੋਲੀ, ਹੋਰ ਛਾਪ ਕੌਣ ਲੱਗਿਆ? ਪਤਾ ਆਪਾਂ ਹੀ ਆ। ਉੱਥੇ ਹੋਣੀ ਪੁੱਤ, ਮੈਂ ਦੇਖਦੀ ਆ, ਮੈਂ ਦੇਖ ਲੂੰਗੀ, ਦੇਖ ਲੂੰਗੀ ਮੈਂ। ਕੋਈ ਨਹੀਂ, ਕਰ ਲੈ ਚਾਹ। ਤੂੰ ਚਾਹ ਤਾਂ ਮੈਂ ਬਣਾ ਲੂੰ, ਇਹਨੂੰ ਵੀ ਸੁਧਾਰ ਲਾ। ਤੂੰ ਤਾਂ ਨਹੀਂ ਲੈ ਗਿਆ ਕਿਤੇ ਛਾਪ? ਬੇਬੇ ਤੂੰ ਤਾਂ ਕੋਈ ਚੋਰੀ ਚੋਰ ਬਣਾਈ ਜਾਂਦਾ ਮੈਨੂੰ। 10 ਕਿੱਲੇ ਦਾ ਮਾਲਕ ਆ ਮੈਂ, ਚੋਰੀ ਕਰੂੰਗਾ ਮੈਂ? ਹੋਰ ਕੀ ਕਰੇਗਾ ਤੂੰ? ਮੈਨੂੰ 500 ਰੁਪਇਆ ਦੇ, ਮੈਂ ਦਵਾਈ ਲਿਆਉਣੀ ਆ ਕਰ। ਡਿੱਗ ਪਈ ਬਾਹ, ਦੁਖੀ ਜਾਂਦੀ ਆ। ਕੀ ਹੋ ਰਿਹਾ ਤੈਨੂੰ 500 ਰੁਪਏ ਨੂੰ? ਆ ਮੋਢਾ ਦੁਖੀ ਜਾਂਦਾ। ਕੋਈ ਮੋਢਾ ਨੂੰ ਤਾਂ ਬੈਠ ਕੇ ਵਰਗਾ ਪਿਆ, ਕਿਉਂ ਅਸੀਂ ਡਿੱਗਿਆ ਤੀ? ਕੋਈ ਪੈਸਾ ਨਹੀਂ ਹੈਗਾ ਘਰੇ? ਸੌਲਾ ਪੈਸਿਆਂ ਦਾ ਦੇਖੀ ਸ਼ਰਮ ਲਾਈ ਹੈ, ਹਜੇ 500 ਰੁਪਇਆ ਮੰਗਦਾ ਲੈ। ਮੋਢਾ ਦੁਖੀ ਜਾਂਦਾ, ਹੱਡ ਪੈਰ ਬੁਰੇ ਹਾਲ ਆ। ਸ਼ਾਮ ਵੇਚ ਕੇ ਪਹਿਲਾਂ ਮਹੀਨੇ ਉਧਾਰ ਲਾਹੀ ਆ, ਹੁਣ ਉਧਾਰ ਵੀ ਨਹੀਂ ਦਿੰਦਾ ਕੋਈ। ਚੱਲ ਮੁੰਨਾ, ਇਹਨਾਂ ਨੂੰ ਲੱਗਣ ਦੇ ਕੰਮ ਕਰ, ਫਿਰ ਕਰਦੇ ਹਾਂ ਕੋਈ ਜੁਗਾੜ। ਮਾਣ ਦਾ ਹਰ ਤਾਂ ਕਰਨੀ ਪਊ, ਮਰਨਾ ਤਾਂ ਨਹੀਂ ਹੁਣ। ਕੱਲ੍ਹ ਤਾਂ ਮਨਾ ਮੈਂ ਵੀ ਧੱਕੀ ਕਰ ਗਿਆ, ਨਹੀਂ ਅੱਜ ਡੰਗਾ ਲਾਇਆ ਜਾਂਦਾ ਮਾਲ ਨਾਲ। ਤੈਨੂੰ ਘਰੇ ਪਤਾ ਲੱਗਿਆ ਇਹਨਾਂ ਨੂੰ, ਕੱਲ੍ਹ ਮਾਲ ਵੱਧ ਲੱਗਿਆ ਹੋਇਆ ਸੀਗਾ। ਵੇਖ ਲੈ ਬੇਬੇ, ਮੰਨਦਾ ਮੰਨਦਾ? ਕੀ ਕਰਾਂ ਫਿਰ? ਦੇਖ ਲਾ, ਸਮਝਾਉਣਾ ਸਮਝਾ ਲਾ। ਮੈਂ ਤਾਂ 2-4 ਦਿਨ ਹੀ ਦੇਖੂ, ਨਹੀਂ ਮੈਂ ਤਾਂ ਕਰਦੀ ਹਾਂ ਆਪਦੇ ਭਰਾ ਨੂੰ ਫੋਨ। ਮੈਂ ਤਾਂ ਆਪਦਾ ਕਰਦੀ ਹਾਂ ਕੋਈ ਹੀਲਾ ਵਸੀਲਾ, ਨਾ ਤਾਂ ਆਪ ਕੰਮ ਕਰਦਾ ਹੈ, ਨਾ ਮੈਨੂੰ ਕੰਮ ਕਰਨ ਦਿੰਦਾ, ਹੱਥ ਨੇ ਲੜਾਈ ਪਾ ਕੇ ਬਹਿ ਜਾਂਦਾ। ਮੈਂ ਕਿਸੇ ਦਾ ਸੂਟ ਦੇਣਾ ਤੀ, ਮੈਨੂੰ ਵੀ ਨਹੀਂ ਕਰਨ ਦਿੰਦਾ, ਮੈਨੂੰ ਤਾਂ 2 ਪੈਸਿਆਂ ਦਾ ਕੰਮ ਕਰਨ ਦੇ ਦੇ। ਤੂੰ ਆ ਛਾਂਪ ਵਾਲੀ ਗੱਲ ਕਿਸੇ ਨੂੰ ਨਾ ਦੱਸੀ, ਠੀਕ ਹੈ? ਜੇ ਤਾਂ ਛਾਂਪ ਥਿਆ ਗਈ,
ਨਹੀਂ ਪੁੱਤ ਬਦਨਾਮੀ ਹੋ ਜਾਊਗੀ। ਬੇਬੇ ਕਾਣੂ ਤੇ ਆਉਂਦੀ ਆ ਸ਼ਾਂਪ ਤਾਂ ਇਹ ਲੈ ਗਿਆ ਚੱਕ ਕੇ। ਕੋਈ ਗੱਲ ਨਹੀਂ, ਮੈਂ ਨਾ ਐਂ ਕਰੂੰਗੀ ਤੈਨੂੰ ਸ਼ਾਂਪ ਕਰਾ ਕੇ ਦੇ ਦੂੰਗੀ, ਠੇਕਾ ਆ ਜਾਣ ਦੇ। ਸ਼ਾਂਪ ਦੀ ਤਾਂ ਕੋਈ ਗੱਲ ਨਹੀਂ, ਚੱਲ ਤੂੰ ਕਿੱਥੋਂ ਕਰਾ ਦੇਗੀ। ਗੱਲ ਤਾਂ ਐ ਵੀ ਆਪਦਾ ਨਸ਼ਿਆਂ ਤੋਂ ਸੁਧਰ ਜੇ, ਬਾਹਰ ਜਾ ਜੇ ਆਪਦੀਆਂ ਹਰਕਤਾਂ ਤੋਂ। ਇਹਦੇ ਨਾਲ ਮੈਨੂੰ ਕੋਈ ਸ਼ਾਂਪ ਪਿਆਰੀ ਤਾਂ ਨਹੀਂ। ਹੁਣ ਦੱਸ ਕੀ ਕਰਾਂ। ਕਹਿੰਦਾ ਮੈਂ ਤਾਂ ਗੁਰਦੀਪ ਕੋਲੇ ਗਿਆ, ਮੈਂ ਤਾਂ ਗੁਰਦੀਪ ਕੋਲੇ। ਉਹ ਤਾਂ ਵਿਚਾਰਾ ਜਮੇ ਨਹੀਂ ਕੁਛ ਖਾਂਦਾ ਪੀਂਦਾ ਮੁੰਡਾ, ਇਹ ਕਿਸੇ ਕੋਲੇ ਹੋਰ ਹੀ ਜਾਂਦਾ ਉਹ। ਨੰਬਰਦਾਰ ਦਾ ਨਾਂ ਤਾਂ ਉਹੀ ਵੇਚੀ ਜਾਂਦਾ ਨੰਬਰਦਾਰ ਦਾ। ਕੁੜੇ ਵੀਰ ਪਰ ਲੈ ਤਾਉੜੀ ਲੈ ਕੇ ਆ, ਲੈ ਬੇ ਦੇਖੀ ਬੋਚ ਕੇ ਤਾਂ ਨਹੀਂ ਕਰ ਦਿੰਨੀ ਮੈਂ। ਗੋਹੇ ਲੈ ਕੇ ਦੇਵਾਂ ਨਾ? ਬਸ ਆ ਹੈਗੀ ਆ ਲੱਕੜ, ਅੱਗ ਹੈਗੀ ਆ, ਬਸ ਇਸੇ ਨਾਲ ਹੋ ਜੂ ਨਿੱਗਾ ਜਾ। ਕੀ ਕਰਦੀ ਹੁਣ ਤੂੰ? ਹਾਂ ਮੈਂ ਤਾਂ ਕੁਛ ਨਹੀਂ ਕਰਦੀ। ਐ ਕਰ, ਹੋਰ ਤਾਂ ਹੁਣ ਤੈਨੂੰ ਕੋਈ ਕੰਮ ਹੈ ਨੀ। ਹਾਂ ਤੂੰ ਕੱਪੜੇ ਪ੍ਰੈਸ ਕਰ ਦੇ, ਮੈਂ ਸਵੇਰੇ ਭੋਗ ਤੇ ਜਾਣੇ। ਕਰ ਦਿੰਨੀ ਆ। ਹਾਂ ਕਰ ਦੇ ਮੇਰੇ ਪੁੱਤ, ਕਰ ਦਿੰਨੀ। ਕਿਹੜਾ ਸੂਟ ਕਰਨਾ ਬੇਬੇ ਪ੍ਰੈਸ? ਉਹ ਪਿਆ ਚਿੱਟਾ ਜਾ, ਉਹੀ ਕਰ ਦੇ। ਅੱਛਾ ਕਰ ਦਿੰਨੀ ਆ। ਉਹ ਤਾਂ ਨਹੀਂ ਪੈਸੇ ਦਿੰਦੀਆਂ, ਦਾੜੀ ਕਟਾ ਕੇ ਹੋਣੀ ਆ। ਮੈਂ ਡਾਈ ਜੀ ਲਵਾ ਕੇ ਆਉਂਗਾ, 200 ਰੁਪਿਆ ਲੈ ਕੇ ਦੇ ਉਹਨੂੰ। ਪੱਕਾ ਦਾੜੀ ਕਟਾਉਣ ਜਾਣੀ ਆ? ਆਹੋ ਡਾਈ ਲਵਾ ਕੇ ਆਉਂ। ਅੱਛਾ ਯਕੀਨ ਜਾ ਤਾਂ ਹੈ ਨਹੀਂ ਮੈਨੂੰ ਤੇਰੇ ਤੇ। ਨਾ ਮੈਂ ਦਾੜੀ ਕਟਾ ਕੇ ਆਉਣੀ ਆ। ਚੰਗਾ ਨਾਲ ਮੈਂ ਨੂਰ ਨੂੰ ਤਿਆਰ ਕਰਦੀ, ਉਹਨੂੰ ਲੈ ਜਾਓ ਤੇ ਵਾਲ ਕਟਾ ਲਿਆ। ਲਿਆ ਪੈਸੇ ਜੇਬ 'ਚ ਸਾਂਭ ਕੇ ਰੱਖੀ ਪੁੱਤ, ਚੰਗਾ ਡੇਗ ਨਾ ਨਹੀਂ। ਲੈ ਪੈਸੇ ਮੈਂ ਨੂਰ ਦੀ ਜੇਬ 'ਚ ਪਾਤੇ ਤੇ ਨਾਲੇ ਤਾਂ ਕਹਿੰਦਾ ਮੇਰਾ ਸਿਰ ਜਿਹਾ ਦੁਖੀ ਜਾਂਦਾ, ਇਹਨੂੰ ਗੋਲੀ ਦਵਾ ਲਿਆ। ਚੰਗਾ ਬੈਠੋ ਵੀ, ਬੇ ਧਿਆਨ ਰੱਖੀ ਮੁੰਡੇ ਨੂੰ। ਚੰਗਾ? ਆਹੋ ਚੰਗਾ ਨਹੀਂ, ਦੇਖਿਆ ਹੋਇਆ ਤੂੰ ਜਾਣਾ ਜੇ ਬੋਲਦਾ ਵੀ ਫੈੜਾ ਹੈ। ਲੈ ਵਧੀਆ ਪੱਕੇ ਥਾਂ 'ਚ ਤਾਂ ਵਿਚਾਰੀਆਂ ਮਸਾਂ ਪੈਂਦੀਆਂ ਨੇ, ਕੱਚੇ ਵਧੀਆ ਸੌਖੀਆਂ ਵੀ ਇਹਨਾਂ ਨਾਲ ਗੱਲ ਕਰ। ਗੋਹਾ ਸਾਰਾ ਮੱਧ ਦਿੰਦੀਆਂ ਨੇ, ਪੱਥਰ ਨਾਲ ਨਹੀਂ ਰਹਿੰਦਾ, ਰੂੜੀ 'ਤੇ ਸੁੱਟਣਾ ਪੈਂਦਾ ਸਾਰਾ। ਨੂਰ ਕਿੱਥੇ? ਨੂਰ ਗਿਆ ਸੀ ਤੁਹਾਡੇ ਨਾਲ? ਨੂਰ? ਹੋਰ ਨੂਰ ਨਾਲ ਤਾਂ ਗਿਆ ਸੀ ਵਾਲ ਕਟਾਉਣ। ਮੇਰੇ ਨਾਲ ਕਦੋਂ ਗਿਆ ਨੂਰ? ਨੀ ਲਾ ਬੇਬੇ ਦੇਖ ਲੈ, ਨੂਰ ਨੂੰ ਕਿੱਥੇ ਛੱਡਿਆ ਹੋਇਆ, ਰੁੜ ਜਾਣਾ। ਮੁੰਡੇ ਨੂੰ ਕਿੱਥੇ ਸੁੱਟਿਆ ਆ? ਇਹ ਦੇਖਦੇ ਜਾਣਿਆ ਕਣਿਆ ਘੱਟ ਹੋ ਰਿਹਾ ਕਰ। ਨੂਰ ਤੇਰੇ ਨਾਲ ਗਿਆ ਤੈਨੂੰ ਪਤਾ ਨਹੀਂ ਲੱਗਿਆ? ਓਹੋ ਮੇਰੇ ਨਾਲ ਸੀ? ਹੋਰ ਤੇਰੇ ਨਾਲ ਜੇ ਨਾਲ ਸੀ? ਜੇ ਸੁਰ ਤਾ ਤਾਂ ਹੀ ਪਤਾ ਲੱਗੂਗਾ ਇਹਨੂੰ, ਸੁਰ ਤਾਂ ਹੈ ਨਹੀਂ। ਵਿਲੇ ਚ ਜਾਣਾ ਹਜੇ ਕਹਿੰਦਾ ਮੇਰੇ ਨਾਲ ਸੀ, ਹੋਰ ਕਿਹਦੇ ਨਾਲ ਸੀ? ਹਜੇ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ, ਹਜੇ ਕੁਝ ਕਹਿਣ ਨਹੀਂ ਦਿੰਦਾ। ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਨਾ ਬੇਬੇ, ਵਿੱਚੇ ਤੈਨੂੰ ਫਸਾਉਂਗੀ, ਜਿਹੜੀ ਤੂੰ ਇਹਦੀ ਸਪੋਰਟ ਜੀ ਕਰਦੀ ਹੁੰਦੀ, ਇਹਨੂੰ ਕੁਛ ਕਹਿਣ ਨਹੀਂ ਦਿੰਦੀ। ਕੁੜੇ ਸਪੋਰਟ ਨਹੀਂ ਕਰਦੀ, ਕਿਹੜੇ ਵੇਲੇ ਸਪੋਰਟ ਕਰਦੀਆਂ ਮੈਂ? ਚੁੱਲ੍ਹੇ 'ਚ ਜਾਣਾ ਉਹ ਤਾਂ ਨਾਈ ਦੇ ਹੀ ਭੁੱਲਿਆ ਆ, ਕਿਤੇ ਨਹੀਂ ਗਿਆ ਮੁੰਡਾ, ਹੁਣ ਆ ਜਾਊਗਾ। ਅੱਜ ਤਾਂ ਮੁੰਡੇ ਨੂੰ ਭੁੱਲਿਆ, ਸਵੇਰ ਨੂੰ ਸਾਨੂੰ ਭੁੱਲ ਜਾਊਗਾ। ਦੇਖਾਂ ਐ ਤੁਹਾਨੂੰ ਭੁੱਲਣ ਨੂੰ ਬੋਲੋ ਤਾਂ ਨਹੀਂ ਹੈਗਾ। ਬਸ ਰੋ ਨਾ, ਬਿਨਾਂ ਮਤਬਲ ਦੀਆਂ ਗੱਲਾਂ ਹੋ ਰਹੀਆਂ ਨੇ ਘਰ 'ਚ। ਲੈ ਦੱਸ, ਖੜੇ ਹੋ ਜਾ, 1 ਵੱਜ ਗਿਆ, ਬੇਬੇ ਵੀ ਆਉਣ ਵਾਲੀ ਹੈ, ਕਹੂਗੀ ਉੱਠਾ ਨਹੀਂ ਹਾਲ ਤੱਕ। ਖੜ ਜਾ ਦਾ ਘਟਾ, ਖੜ ਜਾ। ਸੁਰਤ ਵੀ ਹੈਗੀ ਹੈ ਤੈਨੂੰ? ਹੈਗੀ ਕੋਈ ਕਬੀਲਦਾਰੀ ਦਾ ਫਿਕਰ ਤੈਨੂੰ? ਕੌਣ ਧਾਰਾਂ ਚੋਂਦਾ, ਕੌਣ ਕੱਖ ਪਾਉਂਦਾ? ਓਏ ਟਿਆ ਟਿਆ ਕਰਨ ਲੱਗੀ ਤੜਕੀ। ਸਕੂਲ 'ਚ ਫੋਨ ਆਉਂਦਾ, ਫੀਸ ਭਰਿਆ ਸਕੂਲ 'ਚ ਜਵਾਕ ਦੀ? ਕੋਈ ਫੀਸ ਦਾ ਫਿਕਰ ਨਹੀਂ, ਕੋਈ ਭਰੇ ਨਾ ਭਰੇ, ਸਾਰਾ ਕੁਛ ਮੇਰੇ ਸਿਰ 'ਤੇ ਹੈ।
ਤੂੰ ਮੈਨੂੰ 500 ਰੁਪਏ ਲੈ ਕੇ ਤੇਲ ਪਵਾਉਣਾ। ਪੈਸੇ ਕੀ ਕਰਨੇ? ਤੇਲ ਪਵਾਉਣਾ ਮੋਟਰਸਾਈਕਲ 'ਚ। ਤੇਲ ਪਵਾ ਕੇ ਕਿੱਧਰ ਜਾਣਾ? ਕੰਮ ਤੂੰ ਨਹੀਂ ਕੋਈ ਕਰਦਾ। ਸੁਧਰ ਨਾ ਸੁਧਰ ਜਾ, ਐਂ ਤਾਂ ਜ਼ਮੀਨ ਤੂੰ ਸਾਰੀ ਖਾ ਜਾਏਗਾ ਨਸ਼ੇ 'ਚ। ਓਏ ਓਏ ਮਰੀ ਜਾਂਦੀ ਆ ਨਾ। ਓਏ ਕਿਉਂ ਮਾਰਦੀ ਆ? ਨਹੀਂ ਤੂੰ ਮਰ ਜਾਏਗਾ, ਨਹੀਂ ਮੈਂ ਮਰ ਜੂ, ਇੱਕੋ ਹੀ ਰਹੂ ਆਪਾਂ ਦੋਨੇ। ਤੇਰਾ ਘਰ ਨਹੀਂ ਵਸਦਾ, ਹੁਣ ਨਹੀਂ ਤੂੰ ਵਸਾ ਸਕਦਾ ਘਰ ਆਪਦਾ। ਤੜਕੀ ਲੱਗ ਜੂ ਜੀ। ਹੋਰ ਮੈਂ ਤਾਂ ਆਪ ਹੀ ਤੜਕੀ ਲੱਗ ਜੂ, ਮੈਂ ਤਾਂ ਬੌਲੀ ਬਣਾਤੀ ਤੈਂ। ਤੂੰ ਲਿਆ ਦੇ 500। ਸਭ ਕਾਮਲਿਆਂ ਦੀ ਕਾਮਲੀ ਕਰਤੀ, ਮੇਰੇ ਕੋਲ ਤਾਂ 1 ਰੁਪਿਆ ਵੀ ਨਹੀਂ ਬਈ, ਹੋਰ ਕੋਈ ਕੰਮ ਨਹੀਂ ਹੈਗਾ। ਤੇਲ ਪਵਾ ਕੇ ਤੈਂ ਦੱਸ ਕਿੱਧਰ ਜਾਣਾ ਹੈਗਾ। ਨਮਾਰੀ ਜੀ ਕਿਵੇਂ ਖੜਕਾਈ ਜਾਂਦਾ ਹੈ, ਪੈਸੇ ਤਾਂ ਨਹੀਂ ਚੱਕ ਲਏ ਕਿਤੇ, 1000 ਰੁਪਇਆ ਪਿਆ ਸੀ। ਕੀ ਕਰਦੇ ਸੀ ਇਹ 1000 ਰੁਪਇਆ? ਤਾਂ ਮੈਂ ਗਾਂ ਦੀ ਫੀਡ ਵਾਸਤੇ ਰੱਖਿਆ ਸੀ। ਉਹ ਛੱਡ ਦੇ, ਜੇ ਉਹ ਸਿੱਧੀ ਗੁਰਾਂ ਨਿਕਲਦਾ ਮੈਂ ਟੇਡੀ ਨੂੰ ਲੱਗਣਾ ਉਹਨਾਂ ਨੂੰ। ਟੇਡੀ ਕਰਨੀ ਆਉਂਦੀ ਆ, ਮੈਂ ਤਾਂ ਮਸਾ ਇਕੱਠੇ ਕਰੇ ਸੀਗੇ। ਤੂੰ ਛੱਡ ਦੇ। ਛੱਡ ਦੇ ਬਈ, ਪੈਸੇ ਨਾ ਲੈ ਕੇ ਜਾਈਂ ਮੇਰੇ। ਮਾਰਦੇ ਰੁੜ ਜਾਣੇ ਨੇ, ਮੈਂ ਤਾਂ ਜੇ ਤੇਰੀ ਇਸ ਘਰੇ ਆਈ ਹੈ, ਮੇਰੀ ਤਾਂ ਜ਼ਿੰਦਗੀ ਤਬਾਹ ਕਰਕੇ ਰੱਖਤੀ। ਹੁਣ ਨਹੀਂ ਮੈਂ ਰਹਿੰਦੀ ਇਸ ਘਰੇ, ਹੁਣ ਮੈਂ ਤਾਂ ਜਵਾਕ ਕਰਕੇ ਰਹਿੰਦੀ ਸੀ। ਉਹਦੇ ਕੀ ਨਹੀਂ ਸੋਚਦੀ ਤੇ ਵੀ ਉਹਦੀ ਜ਼ਿੰਦਗੀ ਬਰਬਾਦ ਹੋ ਜੂਗੀ, ਪਰ ਇਹ ਮੈਨੂੰ ਨਹੀਂ ਬਸਣ ਦਿੰਦਾ, ਇਹ ਬਸਣ ਨਹੀਂ ਦਿੰਦਾ ਮੈਨੂੰ। ਹੁਣ ਤਾਂ ਮੈਨੂੰ ਕਰਨਾ ਪਊ ਆਪਦੇ ਭਰਾ ਨੂੰ ਫੋਨ ਵੀ ਮੈਨੂੰ ਲੈ ਜਾਓ ਆ ਕੇ। ਹਾਏ ਹਾਏ ਬਹੂ, ਮੈਂ ਮਸਾਂ ਹੀ ਕਰ ਲਿਆ ਆ ਕੇ। ਗਵਾਂਢੀਆਂ ਨੇ ਦੱਸਿਆ ਕਹਿੰਦੇ ਤੁਹਾਡੇ ਤਾਂ ਘਰੇ ਅੱਜ ਬਾਹਲੀ ਰੌਲਾ ਪੈ ਰਿਹਾ ਸੀ, ਕਿੱਥੇ ਕਾਲ ਖਾਧੀ ਮੈਂ ਬਾਕੀ ਫੂ ਕੁੜੇ ਆਹ। ਹੋਰ ਬੇਬਾ, ਅੱਜ ਤਾਂ ਮੇਰੇ ਹੱਥ ਖੜੇ ਨੇ, ਹੁਣ ਤਾਂ ਮੇਰੀ ਨਿਹਾਤ ਹੋ ਗਈ। ਨਾ ਨਾ ਨਾ, ਨਹੀਂ ਮੈਂ ਖੜਦੀ ਮਿੰਟ ਵੀ ਨਹੀਂ। ਦੱਸਤਾ ਸੀ ਪੂਰਾ, ਕਹਿੰਦੇ ਕਹਿੰਦੀ ਇੰਨਾ ਰੌਲਾ ਪੈ ਰਿਹਾ ਤੁਹਾਡੇ ਘਰੇ, ਕਾਹਦਾ ਰੌਲਾ ਸੀ ਅੱਜ ਮੈਨੂੰ ਦੱਸ। ਮੈਂ ਜਿਹੜਾ 1000 ਰੁਪਇਆ ਰੱਖਿਆ ਸੀ ਗਾਂ ਦੀ ਫੀਡ ਲੈਣ ਵਾਸਤੇ ਉਹ ਚੱਕ ਕੇ ਲੈ ਗਿਆ, ਨਾਲੇ ਮੈਨੂੰ ਕੁੱਟ ਕੇ ਸਿੱਟ ਗਿਆ, ਉੱਥੇ ਡੇ ਗਿਆ। ਕੋਈ ਨਹੀਂ ਕੋਈ ਨਹੀਂ, ਮੇਰਾ ਮੱਥਾ ਬੱਜਾ ਉੱਥੇ ਨਾ, ਮੁੰਡੇ ਨੂੰ ਨਾ ਲਈ। ਨਾ ਬੇਬੇ, ਹੁਣ ਮੁੰਡਾ ਨਾ ਮੇਰੇ ਨਾਲ ਹੀ ਜਾ, ਹੁਣ ਤੂੰ ਭੁੱਲ ਜਾ, ਨਾ ਮੁੰਡਾ ਆਵੇ ਨਾ ਮੈਂ ਆਵਾਂ, ਮੇਰੀ ਤੁਸੀਂ ਕਦਰ ਨਹੀਂ ਪਾਈ, ਮੈਂ ਰੋਲ ਕੇ ਰੱਖਤੀ ਤੁਸੀਂ। ਨਾ ਪਾਉਣੀ ਮੁੰਡੇ ਨੂੰ ਮੈਂ ਜਾਣ ਨਹੀਂ ਦਿੰਦੀ, ਮੈਂ ਤੈਨੂੰ ਵੀ ਲਿਆਉਂਗੀ ਪੁੱਤ, ਤੂੰ ਮੁੰਡੇ ਨੂੰ। ਹੁਣ ਤਾਂ ਤੂੰ ਭੁੱਲ ਜਾ, ਨਾ ਮੈਂ ਆਵਾਂ ਨਾ ਮੁੰਡਾ ਆਵੇ, ਤੁਸੀਂ ਮੇਰੀ ਕੀ ਕਦਰ ਪਾਈ ਹੈ? ਮੈਂ ਤੇਰੇ ਮਾਮੇ ਹੋਰਾਂ ਨੂੰ ਸੱਦੂਗੀ, ਜਮਾ ਤੜਫਣ ਦੀ ਹੁਣ ਤੱਕ ਨਹੀਂ ਮਾਮੇ ਹੋਰਾਂ ਤੋਂ ਕੁਛ ਹੋਇਆ, ਹੁਣ ਨਹੀਂ ਮਾਮੇ ਹੋਰੀ ਕੁਛ ਕਰ ਸਕਦੇ। ਦੁਨੀਆ ਹੀ ਨਸ਼ੇ ਕਰਦੀ ਹੈ, ਫਿਰ ਮੈਂ ਤਾਂ ਭੱਜ ਜਾਂਦੀ, ਤੇਰਾ ਪਿਓ ਬਥੇਰੀ ਪੀਂਦਾ ਸੀ ਦਾਰੂ। ਪਿਓ ਦਾ ਤਾਂ ਉੱਠੀ, ਪਿਓ ਦਾ ਤਾਂ ਮੈਨੂੰ ਪਤਾ ਨਹੀਂ ਬੇ, ਪਰ ਮੈਥੋਂ ਨਹੀਂ ਨੱਕ ਚ ਰਿਹਾ ਜਾਂਦਾ, ਮੈਥੋਂ ਨਹੀਂ ਇਹੋ ਜਿਹੀ ਜ਼ਿੰਦਗੀ ਕੱਟੀ ਜਾਂਦੀ। ਤੁਸੀਂ ਬਾਅਦ ਦੇ ਨਾਨੇ ਵੀ ਆਉਣਾ ਹੀ ਸੀ। ਹਾਏ ਹਾਏ, 15 ਦਿਨ ਹੋ ਗਏ ਨੂੰਹ ਨੂੰ ਗਈ ਨੂੰ, ਪਤਾ ਨਹੀਂ ਕਿਹੜੇ ਹਾਲਾਂ ਨਾਲ ਆਊਗੀ, ਕਿਵੇਂ ਮੈਂ ਲਿਆਉਂਗੀ ਉਸਨੂੰ। ਜੇ ਰੁੜ ਜਾਣਾ ਸਹੀ ਰਹੂਗਾ, ਲਿਆਉਣ ਦਾ ਵੀ ਫੇਰੇ ਫਾਇਦਾ ਹੈ। ਦੱਸ ਮੈਂ ਕੀ ਕਰੂੰਗੀ, ਮੈਨੂੰ ਤਾਂ ਇਹ ਉਦੋਂ ਵੀ ਵਿਗੜਦਾ ਲੱਗਦਾ ਕੰਜਰ। ਬੇ ਮੁੰਡਿਆ, ਬੇ ਲੱਛੀ, ਪਤਾ ਨਹੀਂ ਕੀ ਕਰਦਾ ਬੇ, ਇਹਨਾਂ ਨੂੰ ਫੂਕ ਦਿੰਦਾ ਪਾ ਦਿੰਦਾ ਕੱਖ, ਕਿਹੜਾ ਵੇਲਾ ਆ ਗਿਆ, 3 ਵੱਜ ਗਏ, ਦੇਖਾਂ ਪਹਿਲਾਂ ਕੀ ਕਰਦਾ ਕੰਜਰ। ਐਂ ਕਾਹਨੂੰ ਉੱਠਦਾ ਉਹ, ਵੇ ਮੁੰਡਿਆ ਵੇ ਉੱਠ ਜਾਣਿਆ, ਆਹ ਭੇਟ ਉਨ ਹੋਇਆ, ਮੂੰਹ ਨਹੀਂ ਪੁੱਤੀ ਦਿਓ ਆਹ ਮੂੰਹ ਡੱਬੀ। ਹਾਏ ਹਾਏ ਵੇ, ਚੁੱਲ੍ਹੇ 'ਚ ਜਾਣਿਆ, ਕੀ ਆ ਕੁੜੇ ਆ ਗਿੱਜੇ 'ਚ ਮੂੰਹ। ਹਾਏ ਉਹ ਤਾਂ ਸੱਚੀ ਕਹਿੰਦੀ ਸੀ, ਰੁੜ ਜਾਣਿਆ ਇਹੋ ਜਿਹੇ ਕਿੱਥੇ ਲੱਗਿਆ ਕਰਨਾ ਵੇ, ਪ੍ਰੇਕ ਦੇ ਜਾਣਿਆ ਖੜਾ ਹੋਵੇ ਖੜਾ ਵੇ ਮੁੰਡਿਆ, ਰੁੜ ਜਾਣਿਆ ਜੇ ਲੈ। ਹਾਏ ਮੈਂ ਮਰ ਜਾ ਬੂ, ਮੈਂ ਕੀ ਕਰਾਂ, ਹਾਏ ਮੇਰੇ ਬਾ ਜਵਾ
ਜਵਾਕ ਵੀ ਘਰੋਂ ਖੜਤੇ ਮੈਂ ਚੁੱਲ੍ਹੇ 'ਚ ਜਾਣੇ ਆ, ਬੁਲਾਉਣੀ ਆ ਤੇਰੇ ਮਾਮੇ ਨੂੰ। ਮੇਰੇ ਬਾ ਹੁਣ ਮੈਂ ਦੱਸ ਕੀ ਕਰਾਂ, ਫੋਨ ਕਰਦੀ ਹਾਂ। ਬਾ ਬੂਏ ਤਾਂ ਮਰ ਗਿਆ, ਨਹੀਂ ਉਹ ਵੀ ਛੱਡ ਕੇ ਨਿਕਲ ਗਈ। ਹੈਲੋ, ਹਾਂ ਬਾਈ ਸਤਿ ਸ਼੍ਰੀ ਅਕਾਲ। ਹਾਂ ਉਹ ਤਾਂ ਮਰ ਗਿਆ, ਆ ਜਾ। ਨਾ ਨਾ ਕੋਈ ਹਾਲ ਨਹੀਂ ਹੈਗਾ, ਕੋਈ ਸੁਰਤ ਨਹੀਂ, ਸੰਭਾਲ ਨਹੀਂ ਉਹਨੂੰ, ਕੋਈ ਪਤਾ ਨਹੀਂ ਮਰ ਗਿਆ ਪਤਾ ਨਹੀਂ ਹੈਗਾ, ਦੇਖ ਲੈ ਮੈਂ ਕਿਹਨੂੰ ਬੁਲਾਵਾਂ। ਬਾਈ ਉਹ ਤਾਂ ਚਿੱਟਾ ਚੁੱਟਾ ਕਹਿੰਦੇ ਨੇ ਖਾਣ ਲੱਗ ਗਿਆ, ਡੁੱਬੀਆਂ ਬੜਾ ਕੁਛ ਪਿਆ ਕੋਲੇ, ਆ ਕੇ ਤਾਂ ਦੇਖ ਮੈਂ ਤਾਂ ਦੇਖਿਆ ਨਹੀਂ ਸੀ ਕਦੇ। ਬਾਈ ਮੈਂ ਤਾਂ ਇਹ ਘਰ ਪੱਟ ਲਿਆ, ਦੱਸਿਆ ਤਾਂ ਮੈਂ ਨਹੀਂ, ਮੈਂ ਤਾਂ ਤੈਨੂੰ ਵੀ ਨਹੀਂ ਦੱਸਿਆ। ਆ ਜਾ ਮੇਰਾ ਵੀਰ ਬਣ ਕੇ ਹੁਣੀ ਆ ਜਾ। ਭਾਈ ਦਲਜੀਤ, ਭਾਈ ਆ ਗਿਆ। ਹਾਂ ਆ ਗਿਆ ਭਾਈ। ਕਿਉਂ ਰੋਂਦੀ ਕਿਉਂ ਭਾਈ? ਲੈ ਓਹੋ ਭਾਈ ਅੰਦਰ ਜਾ ਕੇ ਦੇਖ, ਮਰ ਗਿਆ ਕਹੇਗਾ। ਉਹ ਦੇਖ ਲੈ ਭਾਈ, ਨਹੀਂ ਹੁੰਦਾ ਨਾ, ਚੁੱਪ ਕਰ ਬਸ। ਚੁੱਪ ਕਰ ਬਸ। ਲੱਛੀ ਓਏ, ਓ ਲੱਛੀ, ਓ ਲੱਛੀ, ਮੈਂ ਮਰਿਆ ਪਿਆ ਕੰਜਰ ਦਾ। ਮਾਮਾ ਜੀ ਆ ਗਏ, ਤੈਨੂੰ ਲੱਗਦਾ ਆ ਗਏ। ਮਾਮਾ ਜੀ ਤੁਸੀਂ ਕਿਵੇਂ ਆ ਗਏ? ਕਿਵੇਂ ਆ ਗਿਆ ਕੰਜਰਾ, ਕੀ ਹਾਲਤ ਕੀਤੀ ਆ ਦੇਖ। ਉਹ ਮਾਮਾ ਇਹ ਤਾਂ ਜਾਰਾਂ ਮਿੱਤਰਾਂ ਦੇ ਹੱਡ ਪੈਰ ਦੁਖਦਾ ਤੇਰੇ, ਕੀ ਹਾਲਤ ਬਣਾ, ਖੜਾ ਬਾਹਰ ਪਾਣੀ ਤਾਂ ਨੀ ਪੀ, ਖੜਾ ਹੋ ਆਉਣਾ, ਤੂੰ ਦੋ ਦਿਨ ਬਾਹਰ ਮੈਂ ਆ ਮੇਰੇ ਕੋਲੇ ਆਉਣਾ ਜੀ। ਕਿਵੇਂ ਘਰ ਦੀ ਬਰਬਾਦੀ ਕੀਤੀ ਆ ਕੰਜਰ ਨੇ, ਅਜੇ ਬਾਹਰ ਆਉਣਾ ਜੀ। ਕੀ ਹੋਇਆ ਉਹਨੂੰ, ਇਹੋ ਜਿਹਾ ਨੀ ਮਰਦੇ ਹੁੰਦੇ? ਚੁੱਪ ਕਰ ਉਹ ਹੁੰਦਾ ਗਾ, ਉਹ ਚੰਗਾ ਭਲਾ ਕੁਛ ਨੀ ਹੋਇਆ, ਚੁੱਪ ਕਰ। ਬਾਈ ਮੈਂ ਤਾਂ ਸਾਰਾ ਘਰ ਪੱਟ ਲਿਆ, ਮੈਂ ਤਾਂ ਦੱਸਿਆ ਨੀ ਤੈਨੂੰ। ਲੋਰੀਆ ਤੂੰ ਪਹਿਲਾਂ ਦੱਸਦੀ। ਬਾਈ ਬਹੂ ਨੂੰ 15 ਦਿਨ ਹੋ ਗਏ ਗਈ ਨੂੰ, ਮੈਂ ਬਥੇਰੇ ਹੱਥ ਬੰਨੇ, ਮੈਂ ਤਾਂ ਮਕਾਨ ਗਈ ਹੋਈ ਸੀ, ਪਹਿਲੀ ਰੌਲਾ ਰੂਲਾ ਪੈ ਗਿਆ ਮੈਨੂੰ, ਬਾਹਰ ਦੱਸਿਆ ਗਵਾਂਢੀਆਂ ਨੇ, ਕਹਿੰਦੇ ਤੁਹਾਡੇ ਘਰੇ ਤਾਂ ਬਾਲੀ ਕਸਮਾਨ ਪਿਆ ਅੱਜ। ਉਹ ਤੂੰ ਕਿਹੜਾ ਫੋਨ ਕਰਦੀ ਆ ਭਾਈ, ਫੋਨ ਕਰ ਦਿੰਦੀ ਮੈਨੂੰ, ਮੈਂ ਆ ਜਾਂਦਾ। ਬਾਈ ਮੈਂ ਇਹਨੂੰ ਐ ਤੀ, ਮੈਂ ਉਹਨੂੰ ਬਥੇਰਾ ਕਿਹਾ ਮੈਂ ਤੇਰੇ ਮਾਮੇ ਨੂੰ ਸੱਦੂਗੀ, ਤੇਰੇ ਮਾਮੇ ਨੂੰ ਸੱਦੂਗੀ, ਤੂੰ ਜਾ ਨਾ ਬਾਗੀ। ਬਾਈ ਉਹਨੂੰ ਤਾਂ ਅੱਜ ਪੂਰੇ 15 ਦਿਨ ਹੋ ਗਏ, ਮੁੰਡਾ ਵੀ ਨਹੀਂ ਛੱਡ ਕੇ ਗਈ। ਉਹ ਦੁਖੀ ਹੋਈ, ਉਹ ਵੀ ਕੀ ਕਰੇ, ਨਸ਼ੀੜੀਆਂ ਤੋਂ ਬਹੁਤ ਡਰ ਲੱਗਦਾ ਹੁੰਦਾ। ਬਾਈ ਫਿਰ ਮੇਰਾ ਕੀ ਲੈ, ਮੇਰਾ ਦੱਸ ਕੀ ਕਸੂਰ ਹੈ ਇਸ ਗੱਲ 'ਚ? ਤੇਰਾ ਤਾਂ ਕੋਈ ਕਸੂਰ ਨਹੀਂ, ਪਰ ਤੇਰਾ ਤਾਂ ਆਹੀ ਹੈ, ਤੂੰ ਲੁਕੋ ਰੱਖਿਆ ਪਹਿਲਾਂ, ਦੱਸਣਾ ਸੀ ਪਹਿਲਾਂ। ਕਿਵੇਂ ਮਰਜ਼ੀ ਲਾ ਲੈ ਬਾਈ। ਜਦੋਂ ਭਾਈ
ਖੱਡ ਪੈਂਦੀ ਹੁੰਦੀ ਨਾ, ਉਹ ਪਰ ਛੇਤੀ ਦੱਬ ਕੇ ਬੰਦ ਹੋ ਜਾਂਦੀ ਹੈ, ਜਦੋਂ ਨੱਕਾ ਖੁੱਲ ਜਾਂਦਾ ਬੰਦ ਕਰਨਾ ਔਖਾ ਹੋ ਜਾਂਦਾ। ਬਾਈ ਮੈਨੂੰ ਕਿਹੜਾ ਪਤਾ ਸੀ, ਮੈਂ ਤਾਂ ਡਰਦੀ ਸੀ ਵੀ ਬੇਇੱਜ਼ਤੀ ਹੋਊਗੀ ਬਾਈ। ਬੇਇੱਜ਼ਤੀ ਬੇਇੱਜ਼ਤੀ ਤੋਂ ਨਹੀਂ ਡਰੀਦਾ ਹੁੰਦਾ, ਇਹ ਕੰਮ 'ਚ ਠੱਲ ਪਾਉਣੀ ਪੈਂਦੀ ਹੈ ਇਹਨੂੰ। ਇਹਦਾ ਹੁਣ ਜਥੇਬੰਦੀਆਂ ਵੀ ਇਹ ਤਾਂ ਤੁਲੀਆਂ ਹੋਈਆਂ ਨਸ਼ੇ ਬੰਦ ਕਰਾਉਣ 'ਤੇ। ਆਹ 6 ਤਰੀਕ ਨੂੰ ਇੱਥੇ ਮੀਟਿੰਗ ਹੋਈ ਸੀ ਇਹਨੇ ਲੱਲੂਆਂ ਨੇ। ਬੇਬੇ ਕੀ ਹੋ ਗਿਆ? ਬੇਬੇ ਕੀ ਹੋ ਗਿਆ? ਸਾਰਾ ਘਰ ਪੱਟ ਲਿਆ ਕੰਜਰਾ, ਸਾਰਾ ਘਰ ਬਰਬਾਦ ਕਰਤਾ ਤੂੰ। ਇਹ ਤਾਂ ਭਾਈ ਹੁਣ ਦੇਖੋ, ਲੱਲੂਆਂ ਨੇ ਮੀਟਿੰਗ ਹੋਈ ਹੈ ਅਗਰਾਹਾਂ ਦੀ, 10 ਤਰੀਕ ਨੂੰ ਇਹਨਾਂ ਨੇ MLA ਦੇ ਕੋਠੀਆਂ ਮੂਹਰੇ ਗਏ ਨੇ। ਨਸ਼ਿਆਂ 'ਤੇ ਤਾਂ ਬਹੁਤ ਸਖਤਾਈ ਹੈ ਹੁਣ ਬਾਈ। ਪਤਾ ਨਹੀਂ ਮੈਨੂੰ ਤਾਂ ਐਂਦੀ ਇਕੱਲੀ ਦਾਰੂ ਪੀਂਦਾ, ਮੈਂ ਤਾਂ ਅੱਜ ਦੇਖਿਆ ਡੱਬੀਆਂ ਡੁੱਬੀਆਂ ਤਾਂ। ਉਹ ਕਾਹਨੂੰ ਭਾਈ, ਇਹ ਆਪਾਂ ਗੌਰ ਨਹੀਂ ਕਰਦੇ, ਇਹ ਤਾਂ ਪਤਾ ਲੱਗ ਜਾਂਦਾ ਨਸ਼ੇ ਵਾਲੇ ਦਾ। ਬਾਈ ਮੈਨੂੰ ਵੀਰਪਾਲ ਰੋਜ਼ ਪਿੱਟਦੀ ਸੀ, ਕਹਿੰਦੀ ਇਹ ਹੋਰ ਨਸ਼ਾ ਕਰਦਾ, ਗੋਲੀਆਂ ਇਹਦੇ, ਟੀਕੇ ਇਹਦੇ। ਅੱਜ ਜੇਬ 'ਚੋਂ ਨਿਕਲਿਆ ਮੈਨੂੰ ਕਹਿੰਦੀ ਹੁੰਦੀ ਆਹ ਦੇਖ ਲੈਂਦੀਆਂ ਬਾਹਾਂ ਦਾ ਕੀ ਹਾਲ ਹੈ, ਆਹ ਦੇਖ ਲੈਂਦੀਆਂ ਲੱਤਾਂ ਦਾ ਕੀ ਹਾਲ ਹੈ। ਬਾਈ ਮੈਂ ਤਾਂ ਮੰਨੀ ਨਹੀਂ ਸੀ ਉਹਦੀ ਗੱਲ। ਇਹ ਨਸ਼ਿਆਂ ਨਾਲ ਹੀ ਫੁੱਲੀ ਜਾਂਦਾ। ਕਿਵੇਂ ਮਰਜ਼ੀ ਲਾ ਲੈ ਬਾਈ, ਮੈਂ ਤਾਂ ਹੁਣ ਕੁਛ ਨਹੀਂ ਕਰ ਸਕਦੀ, ਮੇਰੀ ਤਾਂ ਬੇਵਾਹ ਹੈ। ਕੰਮ ਕਰ ਨਹੀਂ ਸਕਦਾ, ਪੋਲਾ ਹੋਇਆ ਪਿਆ ਜਮਾਂ ਹੁਣ ਇਹ ਮਸਾਂ ਲੋਟ ਹੋਊਗਾ, ਹੁਣ ਕੰਮ ਵਾਲਾ ਮਸਾਂ ਹੋਊਗਾ ਇਹ। ਬਾਈ ਦਾਖਲ ਕਰ ਲੈ ਕਿਸੇ ਪਾਸੇ। ਦਾਖਲ ਕਰ ਲੈਂਦੇ ਭਾਈ, ਹੋਰ ਦਾਖਲ ਕਰਨਾ ਪਊ, ਇਹਦੇ ਵਿੱਚ ਕੀ ਹੈ ਹੁਣ? ਹਾਂ ਰੱਖਿਆ ਨਸ਼ਿਆਂ ਨੇ, ਦਾਖਲ ਹੋਣ ਮੈਨੂੰ ਕੀ ਹੋਏਗਾ? ਮੈਂ ਨੂਰਜਾਦ ਆਉਂਦਾ। ਲੈ ਨੂਰਜਾਦ ਆਉਂਦਾ, ਨੂਰ ਕੱਢਿਆ ਕੀ ਨੇ? ਮੈਂ ਕੱਢਿਆ ਨੂਰ? ਮੇਰਾ ਪੁੱਤ ਕੋਲ ਹੋਵੇ, ਮੇਰੇ ਪੁੱਤ ਤੇਰੇ ਕੋਲ ਹੀ ਸੀ ਕੰਜਰਾ, ਦੇ ਲੈ। ਉਹ ਤੇਰੇ ਤੈਨੂੰ ਦੇਖਦੇ ਖੋ ਬਈ ਵਿਗੜੂਗਾ। ਮੇਰਾ ਵੀ ਨੂਰ ਕੋਲ ਹੋਵੇ ਵੀ ਅਸੀਂ ਖੇਡੀ ਜਾਈਏ ਵੀ ਚੱਲ ਚੱਲੀ ਕੰਮ। ਦੇਖ ਤੇਰੇ ਨਾਲ ਖੇਡ ਨਹੀਂ ਸਕਦਾ ਉਹ, ਤੁਹਾਨੂੰ ਨਸ਼ਾ ਭਮਾ ਸਿੱਖ ਲਈ ਤੂੰ। ਮਾਮਾ ਜੀ ਜਿਹੜੇ ਤੇਰੇ ਲੱਛਣ ਵਾਲੀ ਬੜੀ ਗਲਤੀ ਹੋ ਗਈ। ਉਹ ਤੂੰ ਕਿਉਂ ਜਲੂਸ ਕੱਢਿਆ ਸਲਾ ਦੇਣਾ? ਬਜਾ ਬਜਾ ਕਿਉਂ ਜਲੂਸ ਕੱਢਿਆ ਤੂੰ? ਹੋਰ ਤਮਾਸ਼ਾ ਦਿਖਾਉਣਾ ਹੈ ਬੇਬੇ? ਮਾਮੇ ਨੂੰ ਕਹਦੇ ਕੇਰਾ ਵੀ ਕੇਰਾ ਜਵਾਬ ਲਿਆ ਦੇ ਮੁੜ ਕੇ। ਮੇਰੀ ਸੁਣ ਲੈ ਗੱਲ, ਤੂੰ ਬਹੁਤ ਖੇਡ ਖਰਾਬ ਕਰ ਲਈ। ਹੁਣ ਅੱਜ ਕੱਲ ਔਰਤਾਂ ਦੀ ਪੁੱਗਦੀ ਹੈ, ਉਹ ਆਵੇ ਨਾ ਆਵੇ ਕੋਈ ਪਤਾ ਨੀ, ਆਪਾਂ ਨੂੰ ਖਰਚਾ ਵੀ ਦੇਣਾ ਪੈਂਦਾ। ਮਾਮਾ ਜੀ ਮੈਂ ਗਾਵਾ ਤਾਂ ਨਹੀਂ ਸੀ ਕਰਦਾ ਇਹ। ਉਹ ਤੂੰ ਜਿਹੜਾ ਕੁਛ ਕਰਨਾ ਸੀ ਉਹ ਤਾਂ ਕਰ ਲੈ, ਤੂੰ ਘਰ ਤਾਂ ਬਰਬਾਦ ਕਰ ਲਿਆ ਆਪਦਾ। ਬੇਬੇ ਜੀ ਤੇਰੇ ਨਸ਼ੇ ਛੱਡਣ ਨਾਲ ਤੇਰੀ ਮਾਂ ਦੀ 10 ਸਾਲ ਜ਼ਿੰਦਗੀ ਵੱਧ ਸਕਦੀ। ਮੈਂ ਜਮਾਂ ਨਹੀਂ ਕਰਦਾ ਨਸ਼ੇ ਗਾਵਾਂ ਵਾਸਤੇ। ਉਹ ਤੈਨੂੰ ਦੱਸੀ ਆ ਨਾ, ਹੁਣ ਉਹ ਤਾਂ ਗੱਲ ਆਪਣੇ ਹੱਥ ਪੱਲੇ ਰਹੀ ਨੀ। ਆਹ ਤੇਰੀ ਮਾਂ ਦੀ ਜ਼ਿੰਦਗੀ ਜ਼ਰੂਰ ਵੱਧ ਜੂ ਥੋੜ੍ਹੀ ਜੀ, ਇਹਦੀ ਉਮਰ ਵੱਧ ਜੂਗੀ। ਚਲੋ ਮੈਂ ਕਰੂੰਗਾ ਕੁਛ ਬੇਬੇ, ਹੱਥ ਬਣਦਾ ਮੈਂ ਨਸ਼ਾ ਨਹੀਂ ਕਰਦਾ ਗਾਂ ਵਾਸਤੇ। ਮੈਂ ਉਹ ਨਹੀਂ ਮੈਂ ਕਿਵੇਂ ਕਹਿ ਦੂੰਗੀ, ਉੱਥੋਂ ਤਾਂ ਵਾਲੀ ਕੁਛ ਪਿਆ ਅੱਜ ਤਾਂ, ਆਹ ਤੇਰਾ ਮਾਮਾ ਆਪ ਦੇਖ ਕੇ ਆਇਆ ਉਹ। ਨਸ਼ਾ ਤੂੰ ਤਾਂ ਜਿਹੜਾ ਤਾਂ ਹੁਣ ਕਰਨਾ ਸੀ ਕਰ ਲਿਆ, ਖੇਡ ਤਾਂ ਖਰਾਬ ਕਰ ਲਈ। ਮੈਂ ਕੋਸ਼ਿਸ਼ ਕਰੂੰਗਾ ਫਿਰ ਵੀ, ਪਰ ਤੂੰ ਟਿਕ ਜਾ ਹੁਣ, ਇਹਦੀ ਉਮਰ ਵੱਧ ਜੂ ਮਾੜੀ ਮੋਟੀ ਜੇ ਟਿਕ ਜਾਏਗਾ। ਮਾਮਾ ਜੀ ਹੱਥ ਬਣਾ ਲਓ ਮੇਰੀ, ਹੱਥ ਲਾ ਤੁਹਾਡੇ। ਬਹਿ ਜਾ ਬਹਿ ਜਾ ਬਹਿ ਜਾ, ਕੋਈ ਨਹੀਂ ਬਹਿ ਜਾ, ਤੁਹਾਡੇ ਵੀ ਲਾ ਦਿੰਦਾ ਜੀ ਮੈਂ, ਪਰ ਮੇਰੇ ਨੂਰ ਲੈ ਦਿਓ। ਚੱਲ ਕੋਈ ਨਹੀਂ ਕਰਾਂਗੇ ਕੁਛ, ਤੂੰ ਬਹਿ ਜਾ। ਮੇਰਾ ਨੂਰ ਬਣ ਜੀ ਨਹੀਂ ਲੱਗਦਾ ਜੀ, ਇਹ ਗੱਲਾਂ ਮੈਨੂੰ ਪਹਿਲਾਂ ਦੱਸਣੀਆਂ ਸੀ ਬਾਈ। ਤੈਨੂੰ ਕੀ ਦੱਸਾਂ, ਪਹਿਲਾਂ ਮੈਂ ਇਹਨੂੰ ਆਖਿਆ, ਮੈਂ ਕਿਹਾ ਜਾ ਸਮਾਨ ਲਿਆਓ, ਦੋਏ ਜਾਣੇ ਵਗ ਜਾਓ, ਉਹਨੇ ਵਿਆਹ ਜਾਣਾ ਸੀ। ਮੈਂ ਆਖਿਆ ਜਾ ਨਾਲੇ ਲੀੜਾ ਕੱਪੜਾ ਲਿਆ, ਮੈਂ ਕਿ ਮੁੰਡੇ ਦੇ ਨੂਰ ਦੇ ਕੱਪੜੇ ਲਿਆ ਛੁੱਟੀ ਵਾਲਾ ਦਿਨ ਸੀ, ਤੇ ਉਹ ਤਾਂ ਵਗ ਗਈ। ਉਹ ਕਹਿੰਦੀ ਰਹਿਣ ਦੇ, ਨੂਰ ਨੂੰ ਤੋਰ ਗਈ ਸਕੂਲ, ਇਹਦੇ ਨਾਲ ਵਗ ਗਈ। ਉਹਨੂੰ ਦੇ ਕੇ ਨਾ ਭਲੇਖਾ, ਪੈਸੇ ਇਹਦੇ ਕੋਲੇ ਸੀ,
ਘੰਟਾ ਡੀਕਿਆ ਦੋ ਡੀਕੇ ਹੁਣ ਇਹ ਤਾਂ ਮੰਨਦਾ ਨੀ, ਇਹ ਤਾਂ ਕਹਿਦੂਗਾ ਮੈਂ ਹਾਂ ਇਹ ਤਾਂ ਝੂਠ ਬੋਲਦੀ ਹੈ। ਇਹ ਤਾਂ ਬਾਈ ਚੁੱਪ ਕਰਕੇ ਉੱਥੇ ਦੀਆਂ ਭਾਵੇਂ ਟੱਕਰ ਗਿਆ ਅੱਡੇ 'ਚ ਹੋਲੀ ਹੋਰੀ, ਇਹ ਤਾਂ ਉਹਨਾਂ ਨਾਲ ਬੱਸ ਚੜਿਆ ਜੀ। ਆ ਕੇ ਉਰੇ ਰੋਣ ਲੱਗ ਗਈ, ਮੈਂ ਮੇਰੇ ਕੋਲੇ ਕੀ ਹੱਲ ਹੈ। ਆਥਣੇ ਫੇਰ ਆ ਗਿਆ, ਫੋਨ ਲਾਇਆ, ਮੈਂ ਫੋਨ ਲਾਇਆ, ਫੋਨ ਨਾ ਚੱਕਿਆ। ਕਿ ਫੋਨ ਤਾਂ ਚੱਕੇ, ਫੋਨ ਤਾਂ ਵੇਚਤਾ, ਜੇ ਫੋਨ ਕੋਲੇ ਹੋਵੇ ਫੇਰ ਹੀ ਚੱਕੂਗਾ। ਹਾਂ ਫੋਨ ਤਾਂ ਫਿਰ ਵੇਚਤਾ, ਉਹ ਵੀ ਖਾ ਗਿਆ ਨਸ਼ੇ ਵਾਲੇ ਨੂੰ ਤਾਂ ਨਸ਼ਾ ਜੀ ਨੇ। ਹਾਂ ਫੇਰ ਉਹਨੂੰ ਕਹਿੰਦਾ ਬਾਈ ਸਾਰਾ ਦਿਨ ਕੰਮ ਕਰਦੀ ਹੈ ਮਸ਼ੀਨ ਤੇ, ਸਾਰਾ ਦਿਨ ਅੰਨੀ ਹੋਣ ਵਾਲੀ ਹੋ ਰਹੀ ਹੈ, ਉਹ ਪੈਸਾ ਨਹੀਂ ਛੱਡਦਾ। ਫੇਰ ਮੈਂ ਜ਼ੋਰ ਲਾਇਆ ਇਸਨੂੰ, ਮੈਂ ਆਖਿਆ ਚੱਲ ਤੈਨੂੰ ਜੇ ਨਹੀਂ ਸਰਦਾ ਆਥਣੇ ਪੀ ਲਿਆ ਕਰ, ਬਾਹਰ ਨਾ ਜਾਇਆ ਕਰ। ਹਾਂ ਠੀਕ ਹੈ। ਇਹੋ ਜਿਹੇ ਮਲੰਗ ਉਹ ਨੇ ਜਿਹੜੇ ਇਹਦੇ ਦੋਸਤ ਨੇ, ਇਹ ਉਹਨਾਂ ਤੋਂ ਮਲੰਗ ਹੈ। ਇਹਦੀ ਤਾਈ ਆ ਗਈ ਮੈਨੂੰ ਕਹਿੰਦੀ ਵੀ 15 ਮੁੰਡੇ ਖਰਾਬ ਕਰਤੇ ਤੇਰੇ ਮੁੰਡੇ ਨੇ ਪੱਟਤੇ, ਜੇ ਮੈਂ ਇਹਨੂੰ ਬੁਲਾ ਕੇ ਕਿਹਾ ਮੈਨੂੰ ਕਹਿੰਦਾ ਉਹ ਭੌਂਕਦੀ ਹੈ। ਦੋ ਸੌ ਰੁਪਇਆ ਦੇ ਦੇ ਕਹਿੰਦਾ, ਪਹਿਲਾਂ ਕਹਿੰਦਾ 500 ਦੇ, ਫਿਰ ਕਹਿੰਦਾ 200 ਦੇ ਦੇ। ਮੈਂ ਮੇਰੇ ਕੋਲ ਤਾਂ ਨੀ, ਵੀਰਪਾਲ ਨੇ ਦੇਤਾ। ਕਹਿੰਦੀ ਕੋਈ ਨਾ ਬੇਬੇ, ਕਹਿੰਦੀ ਨਾਲੇ ਕਹਿੰਦੀ ਮੁੰਡੇ ਦਾ ਸਿਰ ਮਨਾ ਲਿਆਊਗਾ ਐਤਵਾਰ ਵਾਲੇ ਦਿਨ। ਵਗ ਗਿਆ ਕੱਲਾ ਖੜਿਆ, ਡੱਕਿਆ ਹੋਇਆ, ਮੁੰਡਾ ਨੀ ਰਿਹਾ। ਮੁੰਡਾ ਥੋੜੀ ਜਾਣ ਨੂੰ ਤਾਂ ਚਿੱਟਾ ਦਿੰਦਾ ਸੀ। ਹਾਂ ਮੁੰਡਾ ਨੀ ਯਾਦ ਰਿਹਾ। ਫੇਰ ਬਾਈ ਇੱਥੋਂ ਡੱਕ ਰਿਹਾ ਵੀ ਮੁੰਡਾ ਕਿੱਥੇ ਰੁੜ ਜਾਣੇ। ਉਹ ਕਹੇ ਮੈਂ ਸਣੇ ਤੈਨੂੰ ਫਸਾਉਂਗੀ। ਬਹੂ ਕਹਿੰਦੀ ਮੈਂ ਤਾਂ ਸਣੇ ਤੈਨੂੰ ਫਸਾਉਂ, ਉਹਨੇ ਤਾਂ ਕਹਿਣਾ ਹੀ ਆ ਮੇਰੀ ਚੱਕ ਨੇ ਕਰਾਇਆ ਕੰਮ। ਕਹਿੰਦੀ ਤੂੰ ਕਿਸੇ ਨੂੰ ਦੱਸਦੀ ਨੀ, ਤੂੰ ਪੰਚਾਇਤ ਕੋਲੇ ਨੀ ਜਾਂਦੀ। ਬਾਈ ਮੈਂ ਅੰਦਰੇ ਅੰਦਰ ਚੁੱਪ ਕਰ ਗਈ, ਮੈਂ ਕਿਹਦੇ ਕੋਲ ਜਾਵਾਂ। ਫੋਨ ਕਰਨ ਦਾ ਹੱਕ ਬਣਦਾ ਸੀ ਤੇਰਾ ਮੂੰਹ ਤਾਂ, ਮੇਰੇ ਕੋਲ ਤਾਂ 15-20 ਬੰਦਿਆਂ ਨੇ ਫੋਨ ਕਰਤੇ ਵੀ ਆਏ ਹੋਈ ਜਾਂਦਾ ਉੱਥੇ, ਪਰ ਮੈਨੂੰ ਆਇਆ ਸੀ ਮੈਂ ਜਦੋਂ ਕੁੜੀ ਨੇ ਨਹੀਂ ਦੱਸਿਆ, ਮੈਂ ਯਕੀਨ ਨਹੀਂ ਮੰਨਿਆ ਕਿਸੇ ਤੇ। ਬਾਈ ਮੈਨੂੰ ਤਾਂ ਪਤਾ ਨੀ, ਉਹ ਤਾਂ ਮੈਨੂੰ ਰੋਜ਼ ਕਹਿੰਦੀ ਸੀ ਇਹਦੀ ਜੇਬ ਚੋਂ ਗੋਲੀਆਂ ਨਿਕਲ ਰਹੀਆਂ, ਇਹਦੀ ਜੇਬ ਚੋਂ ਕੈਪਸੂਲ। ਜੇ ਮੈਂ ਇਹਨੂੰ ਅੰਦਰ ਵਾੜ ਕੇ ਪੁੱਛਦੀ ਮੈਨੂੰ ਕਹਿੰਦਾ ਬੇਬੇ ਸੀਰੀਆਂ ਪਾਲੀਆਂ ਦਾ ਕੰਮ ਹੈ। ਕਹਿੰਦਾ ਮੇਰਾ ਕੰਮ ਇਹੋ ਜਿਹਾ ਮੰਗਾ ਲੈਂਦਾ, ਕਹਿੰਦਾ ਮੈਂ ਲਿਆ ਦਿੰਦਾ। ਉਹ ਇਹ ਉਹਦੀ ਖੜਕਾਇਆ ਹੁੰਦਾ ਵਧੀਆ ਬੰਦਾ ਬਣ ਜਾਂਦਾ ਇਹ। ਕਿਵੇਂ ਮਰਜ਼ੀ ਲਾ ਲੈ ਬਾਈ, ਹੁਣ ਤਾਂ ਦੇਖ ਘਰ ਪੱਟਣਾ ਦੀ ਪੱਟ ਲਿਆ, ਠੀਕ ਹੈ ਹੁਣ ਅਗਲੀ ਪਤਾ ਨਹੀਂ ਤਾਂ ਖਰਚਾ ਬਣਾਊਗੀ, ਉਹ ਤਾਂ ਕੁਛ ਨਹੀਂ ਕਰ ਸਕਦੀ ਹੈ, ਪੜ ਕੇ ਜਾਊਗੀ, ਤੈਨੂੰ ਪਤਾ ਹੈ। ਉਹ ਤਾਂ ਕਰਾਂਗੇ ਕੁਛ, ਹੁਣ ਦੇਖਦੇ ਹਾਂ ਕੀ ਬਣਦਾ। ਮੈਨੂੰ ਕਹਿਤਾ ਫੋਨ ਤੇ ਵੀ, ਮੈਂ ਪੁੱਛਿਆ ਸੀ ਫੋਨ ਤੇ ਵੀ ਕਹਿਤਾ, ਕਹਿੰਦੀ 18 ਸਾਲ ਤੱਕ ਮੇਰਾ ਅਧਿਕਾਰ ਹੈ ਮੁੰਡੇ ਦਾ ਮੇਰੇ ਕੋਲੇ ਹੈ, ਉਸ ਤੋਂ ਬਾਅਦ ਦੇਖ ਲਿਓ ਬਾਈ। ਹਾਂ ਹੁਣ ਇਹ ਕੀ ਛੱਡੂਗਾ 18 ਸਾਲ ਤੱਕ। ਮਾਮਾ ਜੀ ਮੇਰਾ ਰਹਿ ਕੇ ਲਾ ਦੋ, ਚੰਗਾ ਤੂੰ ਜੇ ਇੰਨਾ ਕਹਿਣਾ ਨਸ਼ਾ ਛੱਡ ਦੇਗਾ, ਮਨ ਨਾ ਤੇਰੀ ਗੱਲ ਤੇਰੀ ਗੱਲ, ਹੁਣ ਤੈਨੂੰ ਮੈਂ ਕੈਂਪ ਚ ਵੀ ਭੇਜ ਦੂ, ਦਾਖਲ ਕਰਾ ਦੂ, ਪੈਸੇ ਵੀ ਇੰਨਾ ਉਹਦੇ ਕੋਲੋਂ ਲਾਉ, ਠੀਕ ਹੈ। ਬਸ ਮੇਰਾ ਇਹ ਕੰਮ ਕਰ ਦੋ ਜੀ, ਚੰਗਾ ਛੋਟਾ ਸਾਰੀ ਉਮਰ ਗੁਣ ਨਹੀਂ ਬੋਲਦਾ। ਬਸ ਤੇਰੀ ਹੁਣ ਤੂੰ ਜੇ ਮੰਨ ਗਿਆ ਤਾਂ ਤੇਰੀ ਤੂੰ ਬਚ ਰਹੇਗਾ, 4 ਸਾਲ ਤੇਰੀ ਮਾਂ ਹੋਰ ਵੱਧ ਜਾਊਗੀ, ਤਾਂ ਤੈਨੂੰ ਮੈਂ ਕੈਂਪ 'ਚ ਭਜਾ ਦੂੰਗਾ ਹੋਰ। ਬਸ ਛੋਟਾ ਮੈਂ ਗੁਣ ਨਹੀਂ ਬੋਲਦਾ ਜੀ, ਠੀਕ ਹੈ ਕੈਂਪ 'ਚ ਤੁਹਾਨੂੰ ਕਰਦਾ ਗੱਲ ਕਿਸੇ ਨਾਲ, ਕੈਂਪ 'ਚ ਭੇਜਦਾ ਤੈਨੂੰ। ਮਾਮਾ ਜੀ ਨਸ਼ਾ ਤਾਂ ਮੈਂ ਛੱਡ ਦੂੰਗਾ, ਫਿਰ ਮੇਰਾ ਘਰ ਵਸਾਓ ਕਿਸੇ ਲੋਟ। ਨਸ਼ੇੜੀਆਂ ਦੇ ਪੁੱਤ ਘਰ ਨਹੀਂ ਵੱਸਦੇ ਹੁੰਦੇ, ਇਹ ਨਸ਼ੇੜੀਆਂ ਤਾਂ ਉੱਜੜਦੇ ਹੁੰਦੇ ਨੇ। ਚਲੋ ਕੋਸ਼ਿਸ਼ ਕਰਾਂਗੇ, ਤੇਰੇ ਘਰ ਦੀ ਵੀ ਕਰਾਂਗੇ, ਤੇ ਐਨੇ ਐਵੇਂ ਨਹੀਂ ਕੈਂਪ ਲੱਗਦੇ, ਵੱਡੇ ਵੱਡੇ ਕੈਂਪ ਲਾਉਣੇ। ਚਲੋ ਕਰਾਂਗੇ ਕੋਸ਼ਿਸ਼, ਤੇਰਾ ਵੀ ਕਰਾਂਗੇ ਕੋਈ। ਹੁਣ ਰੋਜ਼ ਤੋਂ ਕੀ ਬਣਦਾ, ਮੈਂ ਤੈਨੂੰ ਬਥੇਰਾ ਪਿੱਟਦੀ ਸੀ, ਮੈਂ ਬਥੇਰਾ ਕਹਿੰਦੀ ਸੀ ਤੈਨੂੰ ਵੀ ਘਰ ਪੱਟ ਲੇਗਾ। ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਸਾਰਿਆਂ ਨੂੰ, ਜਿਵੇਂ ਤੁਸੀਂ ਅੱਗੇ ਵੀਡੀਓ ਦੇਖਦੇ ਹੋ ਨਾ, ਬਹੁਤ ਖੁਸ਼ ਹੋ ਕੇ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਵੇਂ ਜਿਵੇਂ ਹੁਣ ਦੇਖਿਆ ਕਰਿਓ, ਨਵੀਂ ਤੋਂ ਨਵੀਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ। ਹਾਂਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ।
ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਹੁਣ ਵਾਰੀ ਕਮੈਂਟਾਂ ਦੀ। ਜਸਵਿੰਦਰ ਕੌਰ ਯੂਪੀ, ਸੁਰਿੰਦਰ ਸ਼ਰਮਾ, ਸਰਵਣਦਾਸ ਮਹਿਤੋ, ਬਲਵਿੰਦਰ ਸਿੰਘ ਨਿਊ ਚੰਡੀਗੜ੍ਹ, ਸੁਖਵੀਰ ਸਿੰਘ ਦਰਿਆਪੁਰ, ਜਸਵੀਰ ਸਿੰਘ ਢਾਈਪੀ, ਬਲਵੀਰ ਸਿੰਘ ਅਹਿਮਦਗੜ੍ਹ, ਰਾਜਦੀਪ ਸਿੰਘ ਸਿੱਧੂ, ਹੋਰ ਵੀ ਜਿਨ੍ਹਾਂ ਨੇ ਕਮੈਂਟ ਕੀਤੇ, ਜਿਨ੍ਹਾਂ ਨਾ ਹੀ ਬੋਲੇਗਾ ਨਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਵੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।